ਸਪੈਸ਼ਲੇ 9 ਮਹੀਨਿਆਂ ਤੋਂ ਐਸਐਸਪੀ ਲੱਗੇ ਹੋਏ ਨੇ ਗੁਰਮੀਤ ਸਿੰਘ ਚੋਹਾਨ ਤਰਨਤਾਰ ਦੇ ਤੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਸੁਪਨਾ ਆ ਗਿਆ ਕਿ ਉੱਥੇ ਪੈਸੇ ਚੱਲਦੇ ਨੇ ਅੱਜ ਪਣਵਈਆ ਫੜ ਲਿਆ ਤੇ ਕਹਿ ਰਹੇ ਦੀ ਪੁਲਿਸ ਉੱਥੇ ਪੈਸੇ ਲੈਂਦੀ ਹੈਗੀ ਜੀ ਐਸਐਸਪੀ ਨੂੰ ਸਿੱਧਾ ਚੈਲੰਜ ਆ ਤੇ 9 ਮਹੀਨੇ ਕਿਉਂ ਨਹੀਂ ਚੈਲੰਜ ਕੀਤਾ ਤਰਨਤਾਰ ਐਸਐਸਪੀ ਗੁਰਮੀਤ ਸਿੰਘ ਚੋਹਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਕੀ ਰੌਲਾ ਪੈ ਗਿਆ ਕੀ ਇੱਕ ਹੋਰ ਰਿਸ਼ਤੇਦਾਰ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਾਸਤੇ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਨੇ ਮਾਈਨਿੰਗ ਦੇ ਮਸਲੇ ਦੇ ਵਿੱਚ ਤਰਨਤਾਨ ਪੁਲਿਸ ਨੇ ਪਨਵਈਆ ਫੜ ਲਿਆ ਪਹਿਲਾਂ ਵੀ ਇਹ ਦੋ ਵਾਰ ਮਾਈਨਿੰਗ ਕਰਦਾ ਫੜਿਆ ਗਿਆ ਇਹਦੀਆਂ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਉੱਤ ਜੇਲ ਚਲ ਜੇ ਤੇ ਕੋਈ ਗੱਲ ਨਹੀਂ ਜਵਾਈ ਜੇਲ ਚਲੇ ਜੇ ਨਾ ਤਾਂ ਬੰਦੇ ਦਾ ਜੀਉਣਾ ਮਰਨਾ ਇੱਕ ਹੋ ਜਾਂਦਾ ਕਿ ਪੁਲਿਸ ਤੇ ਝੂਠੀ ਹੋ ਨਹੀਂ ਸਕਦੀ ਅੱਧੀ ਰਾਤ ਪਨਵਈਆ ਉੱਥੇ ਕੀ ਕਰ ਰਹੇ ਜਿਹੜੇ ਬਾਕੀ ਲੋਕ ਨੇ ਉਹ ਕੀ ਕਰਦੇ ਸੀ ਕਿ ਮੁੱਖ ਮੰਤਰੀ ਨੇ ਤਾਂ ਪਹਿਲਾਂ ਹੀ ਕਿਹਾ ਹੈ ਜਿਹੜੇ ਅੱਧੀ ਰਾਤ ਨੂੰ ਮਾਈਨਿੰਗ ਕਰਨਗੇ ਉਹਦਾ ਮਤਲਬ ਇੱਕੋ ਹੈ ਕਿ ਉਹ ਗੈਰਕਾਨੂੰਨੀ ਮਾਈਨਿੰਗ ਹੈ ਹਾਂ ਤੇ ਹੁਣ ਫਿਰ ਮਨਜਿੰਦਰ ਸਿੰਘ ਲਾਲਪੁਰਾ ਐਸਐਸਪੀ ਤਰਨਤਨ ਗੁਰਮੀਤ ਸਿੰਘ ਚੋਹਾਨ ਤੇ ਕਿਉਂ ਗਰਮ ਹੋ ਰਹੇ ਨੇ ਭਲੇ ਉਹ ਮਾਨਸੋ ਅੱਧੀ ਰਾਤ ਪਲਾਂਟੇਸ਼ਨ ਕੀ ਤੁਸੀਂ ਟਿਪਰਾਂ ਦੇ ਨਾਲ ਕਰਦੇ ਪਲਾਂਟੇਸ਼ਨ ਪੋਕਲੈਨ ਮਸ਼ੀਨਾ ਦੇ ਨਾਲ ਕਰਦੇ ਜਿਹੜੇ 50-50 ਲੱਖ ਰੁਪਏ ਦੀਆਂ ਪੋਕਲੈਨਾਂ ਦੇ ਨਾਲ ਪਲਾਂਟੇਸ਼ਨ 75 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਆ ਹੋ ਰਹੀ ਆ ਪਨਵਈਆ ਫੜ ਲਿਆ ਜੇ ਕੋਈ ਪਨਵਈਏ ਦਾ ਕਰਿੰਦਾ ਫੜ ਲੈਂਦੇ ਕੋਈ ਗੁੱਸਾ ਨਹੀਂ ਸੀ ਕੱਢਣਾਗਾ ਆਪਣੇ ਪਨਵਈਏ ਨੂੰ ਤੇ ਪੁੱਛ ਲੋ ਕਿ ਪਈ ਤੂੰ ਅੱਧੀ ਰਾਤ ਉੱਥੇ ਕੀ ਕਰਦਾ ਪਰ ਸਵਾਲ ਹੈ ਕਿ ਜੇ ਪਹਿਲਾਂ ਹੀ ਤਰਨਤਾਨ ਦੇ ਪੁਲਿਸ ਵਿੱਚ ਪੈਸਾ ਚੱਲਦਾ ਤੇ ਤੁਸੀਂ ਪਹਿਲਾਂ ਕਿਉਂ ਸੁੱਤੇ ਰਹੇ ਹੋ ਅੱਜ ਕਹਿੰਦੇ ਕਿ ਤੁਹਾਡਾ ਸੀਏਆਈ ਵਾਲੇ ਪੈਸੇ ਲੈਂਦੇ ਨੇ ਤੇ ਤੁਸੀਂ ਪਹਿਲਾਂ ਕਿਉਂ ਨਹੀਂ ਰੌਲਾ ਪਾਇਆ ਸਰਕਾਰ ਤੁਹਾਡੀ ਆਪਣੀ ਹੈ ਇਹਦੇ ਉੱਤੇ ਸਭ ਕੋ ਪੜਤਾਲ ਕਰਵਾ ਦਿਓ ਰੇਡ ਮਰਵਾਓ ਪਕੜਵਾਓ ਕਿਉਂਕਿ ਇਹ ਪਤਾ ਹੈ ਤੁਹਾਨੂੰ ਪੁਲਿਸ ਉਥੋਂ ਦੀ ਐਸਐਸਪੀ ਜਾਂ ਸਾਰੇ ਪੈਸੇ ਲੈ ਕੇ ਕੰਮ ਕਰਦੇ ਆ ਗੁੱਸਾ ਦੇਣਾ ਚਾਹੀਦਾ ਪਣਵਈਏ ਤੇ ਜੀਜੇ ਤੇ ਉੱਥੇ ਗੁੱਸਾ ਨਿਕਲਣਾ ਨਹੀਂ ਗੁੱਸਾ ਕਿਰਦੇ ਕਰਤਾ ਗੁਰਮੀਤ ਸਿੰਘ ਚੋਹਾਨ ਸਾਹਿਬ ਤੇ ਹੁਣ ਸਵਾਲ ਹੈ ਕਿ ਗੁਰਮੀਤ ਸਿੰਘ ਚੋਹਾਨ ਲਾਇਆ ਕਿੰਨੇ ਤੁਹਾਡੀ ਸਰਕਾਰ ਨੇ ਕਾਬਲੀਅਤ ਵੇਖ ਕੇ ਲਾਇਆ ਹੋਊਗਾ ਨਾ ਗੁਰਮੀਤ ਸਿੰਘ ਚੋਹਾਨ ਤੁਸੀਂ ਤੇ ਕਹਿੰਦੇ ਸਾਡੀ ਸਰਕਾਰ ਚ ਸ਼ਿਫਾਰਸ਼ ਨਹੀਂ ਚੱਲਦੀਆਂ ਅਸੀਂ ਮੈਰਿਟ ਤੇ ਲਾਉਂਦੇ ਤੇ ਜਿਹੜਾ ਆਫੀਸਰ ਮੈਰਿਟ ਤੇ ਲਾਇਆ ਹੋਵੇ ਗੁਰਮੀਤ ਸਿੰਘ ਚੋਹਾਨ ਤੇ ਅੱਜ ਉਹ ਤੁਹਾਡਾ ਰਿਸ਼ਤੇਦਾਰ ਫੜ ਲਿਆ ਗਿਆ ਤੇ ਤੁਸੀਂ ਤੜਪੁੱਟੇ ਹੋ ਪਰ ਕੀ ਨਾਲ ਉਹ ਐਮਐਲਏ ਨੇ ਕਿਹਾ ਕਿ ਜੇ ਮੇਰੇ ਜੀਜਾ ਕਸੂਰवार ਹੋਇਆ ਤੇ ਮੈਂ ਆਪ ਉਹਨੂੰ ਸਜ਼ਾ ਦਿਲਵਾਉਂਗਾ ਸਿਕਿਉਰਿਟੀ ਵਾਪਸ ਚੱਕੋ ਆਪਦੀ ਆ ਲੋ ਚੱਕੋ ਸਿਕਿਉਰਿਟੀ ਕਹਿੰਦੇ ਮੈਂ ਆਪਦੀ ਐਮਐਲਏ ਦੀ ਕੁਰਸੀ ਲਾਗ ਰੱਖ ਕੇ ਆਉਣਾ ਤੁਸੀਂ ਐਸਐਸਪੀ ਵਾਲੀ ਲਾ ਕੇ ਰੱਖੋ ਫੇਰ ਟੱਕਰਦੇ ਆ ਨਹੀਂ ਤਾਂ ਕੀ ਉੱਥੇ ਕੌਡੀਆਂ ਪਾਉਣੀਆਂ ਕੋਲ ਕਰਨਾ ਐਸਐਸਪੀ ਦੇ ਨਾਲ ਪ੍ਰੋਗਰਾਮ 16 ਨੇ ਸੱਚਵੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਤਰੰਤਰ ਐਸਐਸਪੀ ਗੁਰਮੀਤ ਸਿੰਘ ਚੋਹਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਕੀ ਰੌਲਾ ਪੈ ਗਿਆ ਕੀ ਇੱਕ ਹੋਰ ਰਿਸ਼ਤੇਦਾਰ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਾਸਤੇ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਨੇ ਮੁੱਦਾ ਕੀ ਹੈ ਮਸਲਾ ਕੀ ਹੈ ਇਸ ਦੇ ਉੱਤੇ ਵੀ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਜਿਹੜੇ ਦੋ ਸਸਪੈਂਡ ਕੀਤੇ ਸੀ ਆਈਐਸ ਅਫਸਰ ਭਗਵੰਤ ਮਾਨ ਮੁੱਖ ਮੰਤਰੀ ਨੇ ਕਿ ਉਹਨਾਂ ਦੀ ਬਹਾਲੀ ਜਲਦੀ ਹੋ ਰਹੀ ਹੈ ਕੇਂਦਰ ਸਰਕਾਰ ਕੋਲ ਪੰਜਾਬ ਸਰਕਾਰ ਕੇਸ ਕਿਉਂ ਨਹੀਂ ਭੇਜ ਸਕੀ ਕਿਉਂ ਨਹੀਂ ਕੇਸ ਬਣਾ ਕੇ ਭੇਜ ਸਕੀ ਇਸ ਦੇ ਪਿੱਛੇ ਵਜ੍ਹਾ ਕੀ ਰਹਿਣ ਵਾਲੀ ਹੈ ਇਸ ਦੇ ਉੱਤੇ ਵੀ ਗੱਲ ਕਰਾਂਗੇ ਨਾਲ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਚੰਡੀਗੜ੍ਹ ਵਿੱਚ ਆ ਕੇ মিডিਆ ਨੂੰ ਸੰਬੋਧਨ ਕਰਕੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਖੜੇ ਕੀਤੇ ਖਾਸ ਕਰਕੇ ਜੋ ਹਵਾਈ ਯਾਤਰਾ ਦੇ ਸਫ਼ਰ ਦੇ ਵਿੱਚ ਖਰਚੇ ਹੁੰਦੇ ਰਹੇ ਉਹਨਾਂ ਨੂੰ ਲੈ ਕੇ ਵੀ ਜਵਾਬ ਮੰਗੇ ਨੇ ਕਿ ਮੁੱਖ ਮੰਤਰੀ ਇਹਨੇ ਖਰਚੇ ਕਿਉਂ ਕਰਦੇ ਨੇ ਇਹ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਇੱਕ ਮਸਲਾ ਹੋਰ ਉੱਠ ਖੜਾ ਹੈ ਜੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਮਸਲਾ ਆ ਜਾਂਦਾ ਜਿਦੇ ਵਿੱਚ ਉਹ ਖੁਦ ਘੱਟ ਕਸੂਰਵਾਰ ਹੁੰਦੇ ਰਿਸ਼ਤੇਦਾਰ ਜ਼ਿਆਦਾ ਮਰਵਾ ਦਿੰਦੇ ਇਸੇ ਤਰ੍ਹਾਂ ਇੱਕ ਆਮ ਆਦਮੀ ਪਾਰਟੀ ਜਿਹੜੇ ਵਿਧਾਇਕ ਹੈ ਮਨਿੰਦਰ ਸਿੰਘ ਲਾਲਪੁਰਾ ਇੱਕ ਐਸਐਸਪੀ ਨੂੰ ਚੈਲੰਜ ਕਰਦੇ ਦਿਖਾਈ ਦੇ ਰਹੇ ਆ ਵਜ੍ਹਾ ਕੀ ਹੈ ਮਸਲਾ ਕੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ 92 ਵਿਧਾਇਕ ਦਾ ਜਿਹੜਾ ਸਵਾਲ ਆ ਉੱਠਦਾ ਕਿ ਰੋਜ਼ ਕੋਈ ਨਾ ਕੋਈ ਅਜੀਹੀ ਖਬਰ ਆ ਜਾਂਦੀ ਹੈ ਜਿਹਦੇ ਨਾਲ ਸਰਕਾਰ ਤੇ ਕਿੰਤੂ ਪਰੰਤੂ ਹੁੰਦੇ ਨੇ ਹੁਣ ਨਵਾਂ ਮਸਲਾ ਆ ਗਿਆ ਜਿਹੜੇ ਖਰੂਰ ਸਾਹਿਬ ਤੋਂ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਲਾਲਪੁਰਾ ਇੱਕ ਪਿੰਡ ਹੈ ਉਹ ਇਥੋਂ ਇੱਕ ਦਰਵੇਸ਼ ਸਿਆਸਤਦਾਨ ਪੈਦਾ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂ ਲਾਲਪੁਰਾ ਤਿੰਨ ਵਾਰ ਐਮਐਲਏ ਰਹੇ ਨੇ ਇੱਕ ਵਾਰ ਐਮਪੀ ਦੇ ਆ ਤੇ ਕੋਈ ਦਾਗ ਨਹੀਂ ਕੋਈ ਵਿਵਾਦਾਂ ਦੇ ਵਿੱਚ ਕਈ ਦਿਹਾਕੇ ਤੋਂ ਬਾਅਦ ਉਸ ਪਿੰਡ ਤੋਂ ਇੱਕ ਮੁੰਡਾ ਆਮ ਆਦੀ ਪਾਰਟੀ ਤੋਂ ਐਮਐਲਏ ਬਣ ਜਾਂਦਾ ਮਨਜਿੰਦਰ ਸਿੰਘ ਲਾਲਪੁਰਾ ਸਵਾਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇੱਕ ਦਫਾ ਨਹੀਂ ਦੋ ਦਫਾ ਨਹੀਂ ਤਿੰਨ ਦਫਾ ਨਹੀਂ ਕਈ ਦਫਾ ਕਿਹਾ ਕਿ ਸਿਆਸਤ ਕਰਨੀ ਆ ਤੇ ਆਪਣੇ ਰਿਸ਼ਤੇਦਾਰ ਪੀਏ ਸੀਏ ਦੂਰ ਰੱਖੋ ਬਾਹਰ ਰੱਖੋ ਜਿੰਨੇ ਵੀ ਹੁਣ ਤੱਕ ਐਮਐਲਏ ਜਾਂ ਮੰਤਰੀ ਅੜਿੱਕੇ ਆਏ ਨੇ ਵਿਵਾਦਾਂ ਦੇ ਵਿੱਚ ਰਹੇ ਨੇ ਫੜੇ ਗਏ ਨੇ ਜੇਲ੍ਹ ਗਏ ਨੇ ਮੰਤਰੀ ਦੀਆਂ ਕੁਰਸੀਆਂ ਗਈਆਂ ਨੇ ਰਿਸ਼ਤੇਦਾਰੇ ਕਰਕੇ ਗਈਆਂ ਨੇ ਪੀਏ ਕਰਕੇ ਗਈਆਂ ਨੇ ਹੁਣ ਇਹ ਆ ਗਈ ਰਿਸ਼ਤੇਦਾਰੀ ਪਣਵਈਏ ਦੀ ਮਾਈਨਿੰਗ ਦੇ ਮਸਲੇ ਦੇ ਵਿੱਚ ਤਰਨਤਾਨ ਪੁਲਿਸ ਨੇ ਪਣਵਈਆ ਫੜ ਲਿਆ ਪਣਵਈਆ ਇਸ ਮਸਲੇ ਦੇ ਵਿੱਚ ਲਾ ਕੇ ਦੋ ਲੋਕ ਕਹਿੰਦੇ ਕਿ ਨਵੀਂ ਮਾਈਨਿੰਗ ਨਹੀਂ ਕਰਦਾ ਪਹਿਲਾਂ ਵੀ ਮਾਈਨਿੰਗ ਵਿਭਾਗ ਦੇ ਪਤਾ ਨਹੀਂ ਕੀ ਰੂਲ ਨੇ ਪਹਿਲਾਂ ਵੀ ਇਹ ਦੋ ਵਾਰ ਮਾਈਨਿੰਗ ਕਰਦਾ ਫੜਿਆ ਗਿਆ ਇਹਦੀਆਂ ਮਸ਼ੀਨਾਂ ਜਬਤ ਕੀਤੀਆਂ ਗਈਆਂ ਤੇ ਮਾਈਨਿੰਗ ਵਿਭਾਗ ਦਾ ਕਾਨੂੰਨ ਕਹਿੰਦਾ ਕਿ ਉਹ ਪਲੈਂਟੀ ਲਾ ਕੇ ਤੇ ਛੱਡ ਦਿੰਦੇ ਨੇ ਹੁਣ ਜਦੋਂ ਲੱਗਾ ਹੋਵੇ ਮੂਣ ਖੂਣ ਤੇ ਫਿਰ ਐਦਾਂ ਦੇ ਕੰਮ ਲੋਕ ਕਰਦੇ ਆ ਹੁਣ ਜੇ ਦਾ ਪੰਜਾਬ ਦੀ ਸੱਭਿਆਚਾਰ ਜਾਂ ਸੰਸਕ੍ਰਿਤੀ ਦੇ ਵਿੱਚ ਜਦੋਂ ਗੱਲ ਆ ਜਾਂਦੀ ਨਾ ਪੁੱਤ ਜੇਲ ਚਲ ਜੇ ਤੇ ਕੋਈ ਗੱਲ ਨਹੀਂ ਜਵਾਈ ਜੇਲ ਚਲੇ ਜੇ ਨਾ ਤੇ ਬੰਦੇ ਦਾ ਜੀਉਣਾ ਮਰਨਾ ਇੱਕ ਹੋ ਜਾਂਦਾ ਹੁਣ ਭਨਵਈਆ ਗਿਆ ਐਮਐਲਏ ਦਾ ਜੇਲ੍ਹ ਦੇ ਵਿੱਚ ਪੁਲਿਸ ਨੇ ਫੜ ਲਿਆ ਰੰਗੇ ਹਥੀ ਫੜ ਲਿਆ 13 ਜਾਣੇ ਫੜੇ ਨੇ ਹੁਣ ਸਵਾਲ ਹੈ ਕਿ ਪੁਲਿਸ ਤੇ ਝੂਠੀ ਹੋ ਨਹੀਂ ਸਕਦੀ ਅੱਧੀ ਰਾਤ ਪਨਵਈਆ ਉੱਥੇ ਕੀ ਕਰਦਾ ਜਿਹੜੇ ਬਾਕੀ ਲੋਕ ਨੇ ਉਹ ਕੀ ਕਰਦੇ ਸੀ ਕਿਉਂਕਿ ਮੁੱਖ ਮੰਤਰੀ ਨੇ ਤਾਂ ਪਹਿਲਾਂ ਹੀ ਕਿਹਾ ਹੈ ਜਿਹੜੇ ਅੱਧੀ ਰਾਤ ਨੂੰ ਮਾਈਨਿੰਗ ਕਰਨਗੇ ਉਹਦਾ ਮਤਲਬ ਇੱਕੋ ਹੈ ਕਿ ਉਹ ਗੈਰਕਾਨੂੰਨੀ ਮਾਈਨਿੰਗ ਹੈ ਹਾਂ ਤੇ ਹੁਣ ਫਿਰ ਮਨਜਿੰਦਰ ਸਿੰਘ ਲਾਲਪੁਰਾ ਐਸਐਸਪੀ ਤਰਨਤਨ ਗੁਰਮੀਤ ਸਿੰਘ ਚੋਹਾਨ ਤੇ ਕਿਉਂ ਗਰਮ ਹੋ ਰਹੇ ਨੇ ਆਪਣੇ ਮੁੱਖ ਮੰਤਰੀ ਦੇ ਹੁਣ ਮੁੱਖ ਮੰਤਰੀ ਨੇ ਕਿਹਾ ਨਾ ਕਿ ਅੱਧੀ ਰਾਤ ਜਿਹੜੇ ਮਾਈਨਿੰਗ ਕਰਦੇ ਨੇ ਉਹ ਗੈਰ ਕਾਨੂੰਨੀ ਕਰਦੇ ਨੇ ਹੁਣ ਐਮਐਲਏ ਦੀ ਇੱਕ ਵੀਡੀਓ ਦੇ ਵਿੱਚ ਉਹ ਕਹਿ ਰਹੇ ਕਿ ਉਹ ਪਲਾਂਟੇਸ਼ਨ ਕਰ ਰਹੇ ਨੇ ਉਹ ਭਲਿਓ ਮਾਨਸੋ ਅੱਧੀ ਰਾਤ ਪਲਾਂਟੇਸ਼ਨ ਕੀ ਤੁਸੀਂ ਟਿਪਰਾਂ ਦੇ ਨਾਲ ਕਰਦੇ ਪਲਾਂਟੇਸ਼ਨ ਬੋਕਲੈਂਡ ਮਸ਼ੀਨਾਂ ਦੇ ਨਾਲ ਕਰਦੇ ਜਿਹੜੇ 50-50 ਲੱਖ ਰੁਪਏ ਦੀ ਆ ਪਲਾਂਟੇਸ਼ਨ ਦਾ ਸਵੇਰ ਨੂੰ ਦੀ ਇੱਕ ਰੰਬਾ ਫੜੋ 9 ਇੰਚ ਦਾ ਟੋਇਆ ਮਰ ਉਹ ਪੌਦਾ ਲਾ ਦੋ ਇਹ ਪੋਕ ਲਾਈਨਾਂ ਦੇ ਨਾਲ ਪਲਾਂਟੇਸ਼ਨ 75 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਆ ਹੋ ਰਹੀ ਆ ਹੁਣ ਗੁਰਮੀਤ ਸਿੰਘ ਚੋਹਾਨ ਤੇ ਇਲਜ਼ਾਮ ਲੱਗੇ ਨੇ ਐਸਐਸਪੀ ਤਰਨਤਾਰ ਦੇ ਪਿਛਲੇ 9 ਮਹੀਨਿਆਂ ਤੋਂ ਐਸਐਸਪੀ ਲੱਗੇ ਹੋਏ ਨੇ ਗੁਰਮੀਤ ਸਿੰਘ ਚੋਹਾਨ ਤਰਨਤਾਰ ਦੇ ਤੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਸੁਪਨਾ ਆ ਗਿਆ ਕਿ ਉੱਥੇ ਪੈਸੇ ਚੱਲਦੇ ਨੇ ਪਹਿਲਾਂ ਕੀ ਆ ਪਹਿਲਾਂ ਅੱਖਾਂ ਤੇ ਕੰਨ ਕੰਮ ਨਹੀਂ ਸੀ ਕਰਦੇ ਹੂੰ ਆਮਾਦੀ ਪਾਰਟੀ ਵਾਲਿਆਂ ਦੇ ਤਰਨਤਾਲ ਦੇ ਵਿੱਚ ਪਹਿਲਾਂ ਅੱਖਾਂ ਤੇ ਕੰਨ ਕਮਨੀ ਸੀ ਕਰਦੇ ਅੱਜ ਪਨਵਈਆ ਫੜ ਲਿਆ ਤੇ ਕਹਿ ਰਹੇ ਦੀ ਪੁਲਿਸ ਉਥੇ ਪੈਸੇ ਲੈਂਦੀ ਹੈਗੀ ਜੀ ਐਸਐਸਪੀ ਨੂੰ ਸਿੱਧਾ ਚੈਲੰਜ ਆ ਤੇ 9 ਮਹੀਨੇ ਕਿਉਂ ਨਹੀਂ ਚੈਲੰਜ ਕੀਤਾ ਪਹਿਲਾਂ ਕਿਉਂ ਨਹੀਂ ਪਤਾ ਲੱਗਾ ਕਿ ਐਸਐਸਪੀ ਇਦਾਂ ਕਰਦਾ ਕੰਮ ਇਹਦਾ ਮਤਲਬ ਤੁਸੀਂ ਗੁੱਸਾ ਕੱਢ ਰਹੇ ਹੋ ਪਨਵਈਆ ਫੜ ਲਿਆ ਜੇ ਕੋਈ ਪਨਵਈਏ ਦਾ ਕਿਰਿੰਦਾ ਫੜ ਲੈਂਦੇ ਕੋਈ ਗੁੱਸਾ ਨਹੀਂ ਸੀ ਕੱਢਣਾ ਹੈਗਾ ਆਪਣੇ ਪਨਵਈਏ ਨੂੰ ਤੇ ਪੁੱਛ ਲੋ ਵੀ ਪਈ ਤੂੰ ਅੱਧੀ ਰਾਤ ਉਥੇ ਕੀ ਕਰਦਾ ਤੇਰਾ ਮਸ਼ੀਨਾ ਹੈ ਕਿ ਨਹੀਂ ਹੈ ਉਹ ਪੋਕਲਾਈਨ ਕੋ ਉੱਥੇ ਕਰਦੀ ਕੀ ਹੈਗੀਆਂ ਰਾਤ ਨੂੰ ਕਾਦੀ ਮਾਈਨਿੰਗ ਹੁੰਦੀ ਆ ਹੁਣ ਆਪਣੇ ਤੇ ਪਣਵਈਏ ਤੇ ਕੁਝ ਕਰ ਨਹੀਂ ਸਕਦੇ ਆਗੇ ਬੜਾ ਕਰੀਬੀ ਰਿਸ਼ਤਾ ਨਾਜ਼ੁਕ ਰਿਸ਼ਤਾ ਹੁਣ ਸਾਰਾ ਗੁੱਸਾ ਜਾਂ ਦੁੱਧ ਨਾਤੀ ਬਣਨ ਦੀ ਕੋਸ਼ਿਸ਼ ਦੇ ਵਿੱਚ ਪੁਲਿਸ ਤੇ ਅਟੈਕ ਕਰ ਰਹੇ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਪੰਜਾਬ ਪੁਲਿਸ ਪੈਸੇ ਨਹੀਂ ਲੈਂਦੀ ਪਰ ਸਵਾਲ ਹੈ ਕਿ ਜੇ ਪਹਿਲਾਂ ਹੀ ਤਰਨਤਾਲ ਦੇ ਪੁਲਿਸ ਵਿੱਚ ਪੈਸਾ ਚੱਲਦਾ ਤੁਸੀਂ ਪਹਿਲਾਂ ਕਿਉਂ ਸੁੱਤੇ ਰਹੇ ਅੱਜ ਕਹਿੰਦੇ ਕਿ ਤੁਹਾਡਾ ਸੀਏਆਈ ਵਾਲੇ ਪੈਸੇ ਲੈਂਦੇ ਨੇ ਤੇ ਤੁਸੀਂ ਪਹਿਲਾਂ ਕਿਉਂ ਨਹੀਂ ਰੌਲਾ ਪਾਇਆ ਸਰਕਾਰ ਤੁਹਾਡੀ ਆਪਣੀ ਹੈ ਇਹਦੇ ਉੱਤੇ ਸਭ ਕੋ ਪੜਤਾਲ ਕਰਵਾ ਦਿਓ ਰੇਡ ਮਰਵਾਓ ਪਕੜਵਾਓ ਕਿਉਂਕਿ ਇਹ ਪਤਾ ਹੈ ਤੁਹਾਨੂੰ ਪੁਲਿਸ ਉਥੋਂ ਦੀ ਐਸਐਸਪੀ ਜਾਂ ਸਾਰੇ ਪੈਸੇ ਲੈ ਕੇ ਕੰਮ ਕਰਦੇ ਆ ਲਾਜ਼ਮੀ ਤੌਰ ਤੇ ਤੁਹਾਡੀ ਸਰਕਾਰ ਹੈ ਤੁਸੀਂ ਮੁੱਖ ਮੰਤਰੀ ਮੈਨੂੰ ਬੋਲੋ ਨਾ ਹੁਣ ਗੁੱਸਾ ਤੇ ਕਰਨਾ ਚਾਹੀਦਾ ਪਨਵਈਏ ਤੇ ਜੀਜੇ ਤੇ ਉੱਥੇ ਗੁੱਸਾ ਨਿਕਲਣਾ ਨਹੀਂ ਗੁੱਸਾ ਕਿਰਦੇ ਕਰਤਾ ਗੁਰਮੀਤ ਸਿੰਘ ਚੋਹਾਨ ਸਾਹਿਬ ਤੇ ਹੁਣ ਸਵਾਲ ਹੈ ਕਿ ਗੁਰਮੀਤ ਸਿੰਘ ਚੋਹਾਨ ਲਾਇਆ ਕਿੰਨੇ ਤੁਹਾਡੀ ਸਰਕਾਰ ਨੇ ਕਾਬਲੀਅਤ ਵੇਖ ਕੇ ਲਾਇਆ ਹੋਊਗਾ ਨਾ ਗੁਰਮੀਤ ਸਿੰਘ ਚੋਹਾਨ ਉਹਦਾ ਤੇ ਲਾਇਆ ਨਹੀਂ ਹੋਊਗਾ ਤੁਸੀਂ ਤਾਂ ਕਹਿੰਦੇ ਸਾਡੀ ਸਰਕਾਰ ਚ ਸ਼ਿਫਾਰਸ਼ਾਂ ਨਹੀਂ ਚੱਲਦੀਆਂ ਅਸੀਂ ਮੈਰਿਟ ਤੇ ਲਾਉਂਦੇ ਤੇ ਜਿਹੜਾ ਆਫੀਸਰ ਮੈਰਿਟ ਤੇ ਲਾਇਆ ਹੋਵੇ ਗੁਰਮੀਤ ਸਿੰਘ ਚੋਹਾਨ ਤੇ ਅੱਜ ਤੁਹਾਡਾ ਰਿਸ਼ਤੇਦਾਰ ਫੜ ਲਿਆ ਗਿਆ ਤੇ ਤੁਸੀਂ ਤੜਫੁੱਟੇ ਹੋ ਮਤਲਬ ਆ ਕਿ ਜਾ ਤੇ ਸ ਮੰਨਿਏ ਅਸੀਂ ਐ ਐਮਐਲਏ ਦੀ ਕਿ ਵਾਕਿਆ ਆਪਾਂ ਕਹਿੰਦੇ ਤਰਨਤਾਲ ਪੁਲਿਸ ਪੈਸੇ ਖਾਂਦੇ ਹੋਗੇ ਪਰ ਕੀ ਨਾਲ ਉਹ ਐਮਐਲਏ ਨੇ ਕਿਹਾ ਕਿ ਜੇ ਮੇਰਾ ਜੀਜਾ ਕਸੂਰवार ਹੋਇਆ ਤੇ ਮੈਂ ਆਪ ਉਹਨੂੰ ਸਜ਼ਾ ਦਿਲਵਾਉਂਗਾ ਉਹ ਨਹੀਂ ਗਿਆ ਗੁੱਸਾ ਐਸਐਸਪੀ ਤੇ ਜਾਂ ਤਰਨਤਾਲ ਪੁਲਿਸ ਤੇ ਕਰ ਦਿੱਤਾ ਗਿਆ ਸਿਕਿਉਰਟੀ ਵਾਪਸ ਚੱਕੋ ਆਪਦੀ ਆ ਲੋ ਚੱਕੋ ਸਿਕਿਉਰਟੀ ਕਹਿੰਦੇ ਮੈਂ ਆਪਦੀ ਐਮਐਲਏ ਦੀ ਕੁਰਸੀ ਲਾਗ ਰੱਖ ਕੇ ਆਉਣਾ ਤੁਸੀਂ ਐਸਐਸਪੀ ਵਾਲੀ ਲਾ ਕੇ ਰੱਖੋ ਫਿਰ ਟੱਕਰਦੇ ਆ ਨਹੀਂ ਤਾਂ ਕੀ ਉੱਥੇ ਕੌਡੀਆਂ ਪਾਉਣੀਆਂ ਕੋਲ ਕਰਨਾ ਐਸਐਸਪੀ ਦੇ ਨਾਲ ਹੂੰ ਮਤਲਬ ਉਹ ਬੰਦਾ ਗੁੱਸੇ ਦੇ ਵਿੱਚ ਕੀ ਕੁਝ ਕਰ ਦਿੰਦਾ ਹੈਗਾ ਵੀ ਭਈ ਤੂੰ ਐਮਐਲਏ ਹੋ ਐਸਐਸਪੀ ਹੈ ਉਹ ਤੇ ਤੂੰ ਹੀ ਕਿ ਪੌਣੀਆਂ ਬਾਜ਼ੀਆਂ ਪੌਣੀਆਂ ਹੈਗੀਆਂ ਵੀ ਮੈਂ ਜੀ ਐਮਐਲਏ ਦੀ ਕੁਰਸੀ ਛੱਡ ਕੇ ਆਇਆ ਤੁਸੀਂ ਐਸਐਸਪੀ ਦੀ ਕੁਰਸੀ ਛੱਡ ਕੇ ਆ ਜਾਓ ਉਹ ਕਿ ਕੋ ਐਸਐਸਪੀ ਦੀ ਕੁਰਸੀ ਛੱਡ ਕੇ ਗਿਆ ਇਹ ਤੂ ਲਵਾਇਆ ਐਸਐਸਪੀ ਸਵਾਲ ਇਹ ਹੈ ਕਿ ਹੁਣ ਗੁੱਸਾ ਤੇ ਕਿਤੇ ਤੱਕ ਤੇ ਕੱਢਣਾ ਹੈਗਾ ਹੁਣ ਮਸਲਾ ਇਹ ਇਸ ਮਸਲੇ ਦੇ ਵਿੱਚ ਆ ਗਿਆ ਕਿ ਮੈਰਿਟ ਤੇ ਲੱਗੇ ਨੇ ਗੁਰਮੀਤ ਸਿੰਘ ਚੌਹਣ ਹੁਣ ਤੁਸੀਂ ਆਪਣਾ ਜੇ ਤੁਹਾਨੂੰ ਲੱਗਦਾ ਤੁਸੀਂ ਮਿਲੋ ਮੁੱਖ ਮੰਤਰੀ ਨੂੰ ਹੁਣ ਤੁਸੀਂ ਆਪਣਾ ਗੁੱਸਾ ਕੱਢੇ ਇੱਕ ਟਵੀਟ ਕਰ ਦਿੱਤਾ ਬੜਾ ਤਤਤਾ ਕੱਢਿਆ ਹੈਗਾ ਮਾਝੇ ਵਾਲਿਆਂ ਦਾ ਖੂਨ ਵੀ ਬੜਾ ਬਾਲਾ ਖਾਂਦਾ ਹੈਗਾ ਨਾ ਠੰਡਾ ਵੀ ਹੋ ਜਾਂਦਾ ਹੈਗਾ ਹੁਣ ਸਵਾਲ ਹੈ ਕਿ ਐਸਐਸਪੀ ਨੂੰ ਜਦ ਪਤਾ ਲੱਗਾ ਹੋਊਗਾ ਕਿ ਇਹਦਾ ਜੀਜਾ ਉਹਨੇ ਲਾਜ਼ਮੀ ਤੌਰ ਤੇ ਜੋ ਪ੍ਰੋਟੋਕਾਲ ਕਹਿੰਦਾ ਜਦੋਂ ਪਰਚਾ ਦਰਜ ਹੁੰਦਾ ਉਹਨੇ ਲਾਜ਼ਮੀ ਤੌਰ ਤੇ ਬਾਰਡਰ ਰੇਂਜ ਦੇ ਡੀਆਈਜੀ ਨੂੰ ਦੱਸੋ ਇਲਾਕੇ ਦੇ ਐਸਐਸਪੀ ਤੋਂ ਉੱਪਰ ਡੀਆਈਜੀ ਡੀਆਈਜੀ ਨਰਿੰਦਰ ਭਾਰਗਵ ਹੋ ਸਕਦਾ ਕਿਉਂਕਿ ਐਮਐਲਏ ਦੇ ਰਿਸ਼ਤੇਦਾਰ ਬਾਅਦ ਚ ਨਿਕਲੇ ਸ਼ਾਇਦ ਪੁਲਿਸ ਨੂੰ ਨਾਮ ਹੀ ਪਤਾ ਹੋਵੇ ਕਿ ਐਮਐਲਏ ਦਾ ਰਿਸ਼ਤੇਦਾਰ ਫਿਰ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਵੀ ਦੱਸਿਆ ਹੋਊਗਾ ਤੇ لازਮੀ ਦੌਰ ਤੇ ਡੀਜੀਪੀ ਨੇ ਮੁੱਖ ਮੰਤਰੀ ਨੂੰ ਦੱਸਿਆ ਹੋਊਗਾ ਹੁਣ ਤੁਸੀਂ ਐਸਐਸਪੀ ਤੇ ਗੁੱਸਾ ਕੱਢਣ ਦੀ ਬਜਾਏ ਮਿੱਤਰੋ ਕੱਢੋ ਡੀਆਈਜੀ ਤੇ ਜਾਂ ਡੀਜੀਪੀ ਤੇ ਜਾਂ ਫਿਰ ਆਪਣੇ ਮੁੱਖ ਮੰਤਰੀ ਤੇ ਹੁਣ ਸਵਾਲ ਹੈ ਕਿ ਉਹ ਜਾਂ ਫਿਰ ਇਹਦਾ ਮਤਲਬ ਹੈ ਕਿ ਤੁਹਾਡੇ ਰਿਸ਼ਤੇਦਾਰ ਗੈਰ ਕਾਨੂੰਨੀ ਕੰਮ ਕਰਨ ਤੇ ਪੁਲਿਸ ਕੁਝ ਨਾ ਕਵੇ ਤੇ ਬਾਕੀ ਜੇ ਕੋਈ ਉਥੇ ਆਪਣੇ ਖੇਤ ਚ ਜੱਟ ਮਿੱਟੀ ਪੋਟ ਲਿਆਵੇ ਨਾ ਤੇ ਹੋਰ ਤੇ ਮਾਈਨਿੰਗ ਵਾਲੇ ਪਰਚਾ ਦਰਜ ਕਰਦੇ ਮੈਂ ਤੇ ਕਹਿੰਦਾ ਇਸ ਮਸਲੇ ਦੇ ਵਿੱਚ ਮਾਈਨਿੰਗ ਵਿਭਾਗ ਵਾਲਿਆਂ ਨੇ ਜਦੋਂ ਦੋ ਵਾਰ ਇਹਨੂੰ ਪਲੰਟੀ ਲਾ ਕੇ ਛੱਡਿਆ ਉਹ ਮਾਈਨਿੰਗ ਅਫਸਰਾਂ ਦੇ ਵੀ ਪਰਚੇ ਦਰਜ ਹੋਣੇ ਚਾਹੀਦੇ ਹੈਗੇ ਨੇ ਇਸ ਮਸਲੇ ਦੇ ਵਿੱਚ ਹੁਣ ਵੇਖੋ ਜਿਹੜੇ ਐਮ ਐਲ ਏ ਸਾਹਿਬ ਕੀ ਲਿਖਦੇ ਨੇ ਕਹਿੰਦੇ ਐਸ ਐਸ ਪੀ ਮੈਂ ਤੇ ਕਿਹਾ ਸੀ ਕਿ ਤੂੰ ਬਸ ਚੋਰਾ ਨਾਲ ਹੀ ਰਲਿਆ ਹੋਇਆ ਪਰ ਹੁਣ ਪਤਾ ਲੱਗੂ ਤੂੰ ਕਾਇਰ ਵੀ ਆਂ ਬਾਕੀ ਐਸਐਸਪੀ ਤੂੰ ਰਾਤ ਨੂੰ ਜੋ ਪੁਲਿਸ ਵਾਲੇ ਫੀਲੇ ਭੇਜੇ ਸੀ ਉਹ ਜੋ ਮੇਰੇ ਰਿਸ਼ਤੇ ਨਾਲ ਰਿਸ਼ਤੇਦਾਰ ਨਾਲ ਕੀਤਾ ਉਸ ਦੇ ਜਵਾਬ ਦੀ ਡੀ ਕਰੋ ਬਾਕੀ ਤੂੰ ਜੋ ਸੀਸੀਆਏ ਇਹ ਵਾਲਿਆ ਕੋਲ ਰਾਤ ਸਨੇਹਾ ਭੇਜਿਆ ਕਿ ਜੇ ਗੈਂਗਸਟਰ ਕਾਰਵਾਈ ਕਰਨ ਤੇ ਐਮਐਲਏ ਤੇ ਕੀ ਕਈ ਪਰਿਵਾਰ ਤਬਾਹ ਹੋ ਜਾਂਦੇ ਨੇ ਮੈਨੂੰ ਸਬਕਾਰ ਹੈ ਮੈਂ ਆਪਣੀ ਪੁਲਿਸ ਸਿਕਿਉਰਿਟੀ ਤੈਨੂੰ ਭੇਜ ਰਿਹਾ ਤੇਰੇ ਕੋਲ ਖੁੱਲਾ ਸਮਾਂ ਤੂੰ ਜੋ ਮਰ ਜੋ ਮੈਨੂੰ ਕਰਵਾਉਣਾ ਕਰਵਾ ਲੇ ਬਾਕੀ ਪਰਿਵਾਰ ਸਭ ਦੇ ਬਰਾਬਰ ਨੇ ਹੁਣ ਇੱਕ ਦੂਜੇ ਨੂੰ ਧੰਮਕੀਆਂ ਹੂੰ ਰਾਤ ਤੇਰਾ ਸੀਆਈਏ ਵਾਲਾ ਰੱਜਿਆ ਕਹਿੰਦਾ ਰੱਜਿਆ ਮੀਨ ਪੈਗ ਪੁੱਗ ਲੱਗੇ ਰੱਜਿਆ ਕਹਿੰਦਾ ਕਿ ਉੱਥੇ ਮੈਂ 25 ਲੱਖ ਰੁਪਏ ਮਹੀਨਾ ਐਸਐਸਪੀ ਨੂੰ ਦਿੰਦਾ ਤਾਂ ਹੀ ਮੈਂ ਕਿਹਾ ਕਿ ਐਡਾ ਵੱਡਾ ਨਸ਼ੇੜੀ ਤੂੰ ਸੀਆਈਏ ਦੀ ਕੁਰਸੀ ਤੇ ਕਿਉਂ ਰੱਖਿਆ ਬਾਕੀ ਤੁਸੀਂ ਜੋ ਕੋਟ-ਕੋਟ ਕੇ ਕਹਿੰਦੇ ਕਿ ਐਮਐਲਏ ਦਾ ਨਾਮ ਲੈ ਤੁਹਾਡੀ ਉਹ ਕਰਤੂਤ ਮੇਰੇ ਕੋਲ ਵੀ ਆ ਗਈ ਆ ਤੇਰੇ ਵੱਲੋਂ ਮੇਰੇ ਰਿਸ਼ਤੇਦਾਰ ਤੇ ਕੀਤੇ ਝੂਠੇ ਪਰਚੇ ਦਾ ਮੈਂ ਸਵਾਗਤ ਕਰਦਾ ਉਹ ਬੁਜਦਲ ਹੁੰਦਾ ਹੈ ਜੋ ਆਪਣੀ ਦੁਸ਼ਮਣੀ ਕਿਸੇ ਹੋਰ ਨਾਲ ਕੱਢੇ ਤੂੰ ਆਪਣੀ ਵਰਦੀ ਪਾਸੇ ਰੱਖ ਤੇ ਮੈਂ ਆਪਣੀ ਐਮਐਲਏ ਦੀ ਕੁਰਸੀ ਪਾਸੇ ਰੱਖਦਾ ਫਿਰ ਦੇਖਦੇ ਆਂ ਬਾਕੀ ਮੈਂ ਅੱਜ ਵੀ ਕਹਿੰਦਾ ਤਰਨਤਨ ਪੁਲਿਸ ਪਿਛਲੇ ਕਈ ਸਾਲਾਂ ਤੋਂ ਹੀ ਬਿਨਾ ਪੈਸੇ ਕੰਮ ਨਹੀਂ ਹੁੰਦਾ ਬਾਕੀ ਅਸੀਂ ਕਰਵਾਣਾ ਹੁਣ ਸਵਾਲ ਇੱਕ ਦੇਖੋ ਇੱਕ ਐਮਐਲਏ ਐਸਐਸਪੀ ਨੂੰ ਤੂੰ ਤੂੰ ਤੇ ਆ ਪਾਈਏ ਕਾਡੀਆਂ ਤੇ ਮੇਰੇ ਜੀਜੇ ਦੇ ਕਰਤਾ ਝੂਠਾ ਪਰਚਾ ਦਰਜ ਤੇ ਤੂੰ ਲੈਣਾ ਪੈਸੇ 25-25 ਲੱਖ ਰੁਪਏ ਇਹ ਜਾਂਚ ਕੌਣ ਕਰੂਗਾ ਤੁਸੀਂ ਦੋ ਆਪਣੇ ਮੁੱਖ ਮੰਤਰੀ ਨੂੰ ਜਾਂਚ ਦੋ ਡੀਆਈਜੀ ਬਾਰਡਰ ਇੰਜ ਨੂੰ ਦੋ ਡੀਜੀਪੀ ਨੂੰ ਦੋ ਕੋਈ ਸਬੂਤ ਉਹ ਸਵਾਲ ਕਹਿੰਦੇ ਕਿ ਮੈਂ ਜੀ ਸਕਿਉਰਟੀ ਵਾਪਸ ਕਿਹਦੇ ਨੇ ਉਹ ਭਰਾਏ ਐਸਐਸਪੀ ਨੇ ਸਕਿਉਰਟੀ ਨਹੀਂ ਦਿੱਤੀ ਪੰਜਾਬ ਸਰਕਾਰ ਨੇ ਸਕਿਉਰਟੀ ਦਿੱਤੀ ਹੈ ਜੋ ਸਕਿਉਰਟੀ ਵਾਪਸ ਕਰਨੀ ਨਾ ਤੇ ਮੁੱਖ ਮੰਤਰੀ ਨੂੰ ਭੇਜੋ ਕਿ ਮੈਨੂੰ ਨਹੀਂ ਚਾਹੀਦੀ ਸਕਿਉਰਟੀ ਜੇ ਗੁੱਸਾ ਕੱਢਣਾ ਤੇ ਮੁੱਖ ਮੰਤਰੀ ਦੇ ਕੋਲੋਂ ਕਾਨੂੰਨ ਬਣਿਆ ਆ ਗਏ ਨੇ ਇਹਦਾ ਮਤਲਬ ਉਹ ਕਹਿੰਦੇ ਹੁੰਦੇ ਨੇ ਨਾ ਕਿ ਡਿੱਗੀ ਖੋਤੇ ਤੋਂ ਤੇ ਗੁੱਸਾ ਉਸ ਤੇ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਆਮ ਆਦੀ ਪਾਰਟੀ ਵਾਲੇ ਜਿਹੜੇ ਵਿਧਾਇਕ ਨੇ ਜਿਹੋ ਉਹਨੇ ਰਿਸ਼ਤੇਦਾਰ ਆ ਬੜੇ ਆਪਣੇ ਆਪਣੇ ਉਹਨਾਂ ਦੁੱਧ ਨਾਤੇ ਸਮਝਦੇ ਸੀ ਵੀ ਅਹੀਂ ਤੇ ਉਹ ਵਾਸ਼ਿੰਗ ਮਸ਼ੀਨ ਚੋਂ ਨਿਕਲੇ ਹੋਏ ਆ ਅਹੀਂ ਤੇ ਉਹ 파ਰਖੂ ਨਜ਼ਰਾਂ ਚੋਂ ਤਾਰੇ ਹੋਏ ਆ ਅਹੀਂ ਤਾਂ ਕੁਝ ਕਾਲੇ ਕੰਮ ਕਰਦੇ ਨਹੀਂ ਹੁਣ ਇੱਥੇ ਇੱਕ ਹੋਰ ਮੰਤਰੀ ਆ ਉਹਦਾ ਸੁਣਿਆ ਹੈਗਾ ਕਿ ਭਰਾ ਮੰਤਰੀ ਦਾ ਹੈ ਸਿਪਾਈ ਆ ਤੇ ਕੰਮ ਉਹ ਕਰਦਾ ਵਾ ਡੀਜੀਪੀ ਵਾਲੇ ਠੀਕ ਹੈ ਜੀ ਉਦਘਾਟਨ ਆਪ ਕਰਦਾ ਚੈੱਕ ਆਪ ਕਰਦਾ ਹੁਣ ਇਦਾਂ ਦੇ ਮੰਤਰੀਆਂ ਤੋਂ ਮੁੱਖ ਮੰਤਰੀ ਸਾਹਿਬ ਨੂੰ ਤਾਂ ਪਤਾ ਉਹਨਾਂ ਨੂੰ ਕੀ ਨਹੀਂ ਭੁੱਲਿਆ ਹੈਗਾ ਪਲ-ਪਲ ਦੀ ਜਿਹੜੀ ਜਾਣਕਾਰੀ ਉਹਨਾਂ ਕੋ ਪਹੁੰਚਦੀ ਆ ਕਿ ਕਿਹੜਾ ਐਮ.ਐਲ.ਏ ਦਾ ਕਿਹੜਾ ਰਿਸ਼ਤੇਦਾਰ ਕਿਹੜੇ ਮੰਤਰੀ ਦਾ ਕਿਹੜਾ ਰਿਸ਼ਤੇਦਾਰ ਕੀ ਕੁਝ ਕਰਦਾ ਹੁਣ ਗੁੱਸਾ ਕਿਸੇ ਅਫਸਰਾਂ ਤੇ ਕਿੱਡੀ ਚੋ ਆਪਾਂ ਇਹ ਨਹੀਂ ਕਹਿੰਦੇ ਕਿ ਪੁਲਿਸ ਚੰਗੀ ਆ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਪੁਲਿਸ ਸਾਰੀ ਸਾਰੀ ਮਾੜੀ ਆ ਪਰ ਸਵਾਲ ਇਹ ਆ ਕਿ ਤੁਹਾਡਾ ਜੀਜਾ ਇਹ ਮਾਈਨਿੰਗ ਕਰਦਾ ਕਿ ਨਹੀਂ ਕਰਦਾ ਪਹਿਲਾਂ ਇਹ ਦੱਸੋ ਪੰਜਾਬ ਦੀ ਜਨਤਾ ਨੂੰ ਆਪਣੇ ਜੀਜੇ ਬਾਰੇ ਦੱਸੋ ਕਿ ਜਿਹੜੇ ਪਹਿਲੇ ਦੋ ਮੁਕਦਮੇ ਹੋਏ ਸੀ ਮਾਈਨਿੰਗ ਵਿਭਾਗ ਵਾਲਿਆਂ ਨੇ ਜਿਨ੍ਹਾਂ ਨੇ ਪਲੈਂਟੀ ਲਾ ਕੇ ਛੱਡ ਦਿੱਤਾ ਗਿਆ ਸੀ ਉਹ ਸੱਚੀ ਹੀ ਕੀ ਤੁਹਾਡੇ ਕੋਲ 25 ਲੱਖ ਵਾਲਾ ਕੋਈ ਪ੍ਰੂਫ ਹੈ ਹੂੰ ਤੁਹਾਡੇ ਘਰ ਰੱਜੇ ਕੋਈ ਆਏ ਨੇ ਹੂੰ ਅੱਜ ਕੱਲ ਮਾੜੇ ਤੋਂ ਮਾੜਾ ਬੰਦਾ ਵੀ ਨਾ ਉਹ ਆਪਣੇ ਘਰ ਸੀਸੀਟੀਵੀ ਫੁਟੇਜ ਲਵਾ ਲੈਂਦਾ ਕੀ ਤੇਰੇ ਘਰ ਸੀਸੀਟੀਵੀ ਲੱਗੀ ਸੀ ਹੂੰ ਜਾਂ ਇਹ ਕਿੱਥੇ ਆ ਗਿਆ ਕਿ ਕੁੱਟ ਉਹਨਾਂ ਜਿਹੜੇ ਬੰਦੇ ਨੇ ਕੁੱਟ ਕੋਟ ਕੇ ਕਿ ਮੇਰਾ ਨਾਮ ਲੈ ਦੋ ਇਹਦਾ ਮਤਲਬ ਕਿ ਜੇ ਹੁਣ ਬੰਦਾ ਨਹੀਂ ਤਾਂ ਰੋਂਦਾ ਤੇ ਖੁੱਲ ਕੇ ਰੋਂਦਾ ਹੈਗਾ ਹਨਾ ਰੋਇਆ ਬੰਦਾ ਸੱਚਾ ਨਹੀਂ ਹੋ ਜਾਂਦਾ ਇਹ ਪਹਿਲੀ ਗੱਲ ਹੁੰਦੀ ਆ ਰੋਇਆ ਬੰਦਾ ਤੁਸੀਂ ਆਪਣੇ ਸਾਖ ਸਬੰਧੀਆਂ ਦੇ ਕੀਤੇ ਕੰਮਾਂ ਦੇ ਪਰਦਾ ਨਹੀਂ ਪਾ ਸਕਦੇ ਅਗੇ ਤੇ ਇਹ ਹੁਣ ਮਸਲੇ ਦੇ ਵਿੱਚ ਜਾਂ ਤੇ ਡੀਜੀਪੀ ਸਾਹਿਬ ਉਥੋਂ ਗੁਰਮੀਤ ਸਿੰਘ ਚੋਹਾਨ ਨੂੰ ਹਟਾ ਕੇ ਇਨਕੁਆਇਰੀ ਕਰਨ ਪਰ ਸਵਾਲ ਹੈ ਕਿ ਕੀ ਇਸ ਤੋਂ ਪਹਿਲਾਂ ਐਮਐਲਏ ਨੇ ਗੁਰਮੀਤ ਸਿੰਘ ਚੋਹਾਨ ਬਾਰੇ ਜੇ ਉਹਨਾਂ ਕੋ ਕੁਝ ਹੈ ਸੀ ਸ਼ਿਕਾਇਤਾਂ ਕੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਦੱਸਿਆ ਕੀ ਉਹਨਾਂ ਨੇ ਡੀਜੀਆਈ ਡੀਆਈਜੀ ਬਾਰਡਰ ਏਜ ਨੂੰ ਦੱਸਿਆ ਜਾਂ ਡੀਜੀਪੀ ਨੂੰ ਦੱਸਿਆ ਗਿਆ ਅਚਾਨਕ 9 ਮਹੀਨੇ ਬਾਅਦ ਅਗਰ ਕਿਸੇ ਐਮਐਲਏ ਨੂੰ ਆਪਣੇ ਇਲਾਕੇ ਦਾ ਐਸਐਸਪੀ ਮਾੜਾ ਲੱਗਣ ਲੱਗ ਪਵੇ ਉਦੋਂ ਮਾੜਾ ਲੱਗਣ ਲੱਗ ਪਵੇ ਜਦੋਂ ਤੁਹਾਡੇ ਕਿਸੇ ਰਿਸ਼ਤੇਦਾਰ ਖੂਨ ਦੇ ਰਿਸ਼ਤੇ ਤੇ ਮਕਦਮਾ ਦਰਜ ਹੋ ਜੇ ਤੇ ਫਿਰ ਤੇ ਤੁਹਾਨੂੰ ਭਈ ਮਿਰਚਾਂ ਲੱਗਣੀਆਂ ਹੀ ਆ ਹੁਣ ਮਾਜੇ ਚ ਨਾ ਇਹਨਾਂ ਦੇ ਇਲਾਕੇ ਦੇ ਵਿੱਚ ਉਹ ਨਾ ਛੋਟੀ ਮਿਰਚ ਕਹਿੰਦੇ ਲੌਂਗੀ ਦੀ ਉਹ ਤਿੱਖੀ ਬੜੀ ਆ ਸ਼ਾਇਦ ਲੱਗਦਾ ਕਿ ਇਹਨਾਂ ਨੂੰ ਤਿੱਖੀਆਂ ਮਿਰਚਾਂ ਲੱਗੀਆਂ ਆਗੀਆਂ ਹੁਣ ਨਵੇਂ-ਨਵੇਂ ਐਮਐਲਏ ਨਾ ਇੱਕ ਪ੍ਰੋਟੋਕਾਲ ਵੀ ਸਿੱਖਣ ਦੀ ਲੋੜ ਆ ਪਿੱਛੇ ਜੇ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਖੁਦ ਕਲਾਸ 1 ਅਫਸਰ ਰਟਾਇਰ ਹੋਏ ਨੇ ਐਸਐਮਓ ਉਹ ਵੀ ਪਿਛਲਾ ਜਿਹੜਾ ਸੀਆਰ ਰੰਜੀਤ ਸਿੰਘ ਗਿੱਲ ਜਾਂ ਰਜੀਤ ਸਿੰਘ ਢਿੱਲੋਂ ਐਸਐਸਪੀ ਉਹਨਾਂ ਨੂੰ ਕਹਿੰਦਾ ਕਿ ਸਾਨੂੰ ਖੁੱਡੇ ਲਾਈਨ ਲਾਉਣਾ ਆਉਂਦਾ ਹੈ ਤੇ ਭਈ ਲਾ ਦਿਓ ਖੁੱਡੇ ਲਾਈਨ ਹੈਨਾ ਇੱਕ ਪਾਸੇ ਤੇ ਸੀਐਮ ਕਹਿ ਰਹੇ ਨੇ ਕਿ ਮੈਂ ਚੁਣ-ਚੁਣ ਕੇ ਅਫਸਰ ਲਾਏ ਨੇ ਮੈਂ ਮੈਰਿਟ ਤੇ ਲਾਏ ਨੇ ਮੈਂ ਜਦੋਂ ਕਈ ਐਸਐਸਪੀ ਮੇਰੇ ਕੋ ਆ ਕੇ ਰੋਣ ਲੱਗ ਪਏ ਕਿ ਸਰ ਅਸੀਂ ਕਦੀ ਸੋਚਿਆ ਨਹੀਂ ਸੀ ਕਿ ਅਸੀਂ ਵੀ ਐਸਐਸਪੀ ਲੱਗਾਂਗੇ ਤੇ ਤੁਸੀਂ ਮੁੱਖ ਮੰਤਰੀ ਵੱਲੋਂ ਲਾਏ ਹੋਏ ਐਸਐਸਪੀ ਤੇ ਕਿੰਤੂ ਪਰੰਤੂ ਕਰੇ ਹੋ ਤੇ ਜੇ ਐਸਐਸਪੀ ਪੰਜਾਬ ਦੇ ਮਾੜੇ ਨੇ ਇਹ ਤਮੀਨ ਫਿਰ ਮੁੱਖ ਮੰਤਰੀ ਦੀ ਨਜ਼ਰ ਜਿਹੜੀ ਪਾਰਖੂ ਨਹੀਂ ਹੈਗੀ ਪੰਜਾਬ ਦੇ ਡੀਜੀਪੀ ਦੀ ਨਜ਼ਰ ਪਾਰਖੂ ਨਹੀਂ ਹੈਗੀ ਹੁਣ ਸਚਾਈ ਇਹ ਇਸ ਮਸਲੇ ਦੇ ਵਿੱਚ ਆਜਾ ਦੇ ਹੋਵੇ ਨਾ ਕਿ ਬਰਾਬਰ ਦਾ ਰੱਖਣ ਕਿ ਜੇ ਐਸਐਸਪੀ ਕਸੂਰਵਾਰ ਨੇ ਮੇਰੇ ਨਾਲ ਧੱਕਾ ਕੀਤਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤੇ ਜੇ ਮੇਰੇ ਜੀਜਾ ਵਾਕਈ ਮਾਈਨਿੰਗ ਕਰਦਾਗੇ ਤੇ ਮੇਰੇ ਜੀਜੇ ਦੇ ਖਿਲਾਫ ਕਾਰਵਾਈ ਹੋਣੀ ਇਹ ਤਾਂ ਗੱਲ ਹੁੰਦੀ ਨਾ ਵਿਆਰੀ ਹੁਣ ਤੁਸੀਂ ਆਪਣੇ ਜੀਜੇ ਬਾਰੇ ਤੇ ਕੁਝ ਸ਼ਬਦ ਬੋਲਦੇ ਨਹੀਂ ਆ ਉਸ ਇਲਾਕੇ ਦੇ ਵਿੱਚ ਤੇ ਪਤਾ ਹੀ ਹੋਊਗਾ ਨਾ ਲੋਕਾਂ ਨੂੰ ਕਿ ਜੀਜਾ ਪਹਿਲਾਂ ਵੀ ਕੀ ਕੰਮ ਕਰਦਾ ਰਿਹਾ ਜੀਜੇ ਕੋ ਪੋਕਲਾਈਨ ਮਸ਼ੀਨਾ ਕਿੱਥੋਂ ਆ ਗਈਆਂ ਜਾਂ ਟਿਪਰ ਆ ਯਾਰ ਇੱਕ ਨਹੀਂ ਪੂਰੀ ਜਾਂਜੀ ਤੁਰੀ ਫਿਰਦੀ ਸੀ ਕਹਿੰਦੇ 13 14 ਜਾਣੇ ਸੀ ਹੁਣ ਅੱਧੀ ਰਾਤ ਕੌਣ ਕਰਦਾ ਮਾਈਨਿੰਗ ਉੱਥੇ ਪੌਦੇ ਕਿਹੜੇ ਲਾਉਂਦੇ ਨੇ ਅੱਛਾ ਉਹ ਇਲਾਕਾ ਤੇ ਵੈਸੇ ਬੜਾ ਬੀਆ ਬਾਣਦਿਆ دریا ਦੇ ਕੰਢੇ ਠੀਕ ਹੈ ਉੱਥੇ ਤਾਂ ਪਹਿਲਾਂ ਹੀ ਬੜੇ ਦਰਖਤ ਨੇ ਜਿੰਨੇ ਐਮਐਲਏ ਦੇ ਜੀਜੇ ਨੇ ਲਾਉਣੇ ਨੇ ਉਸ ਤੋਂ ਜ਼ਿਆਦਾ ਤੇ ਬਾਬੇ ਜਿਹੜੇ ਉੱਥੇ ਕਾਰ ਸੇਵਾ ਵਾਲੇ ਆ ਜੀ ਜਿਨ੍ਹਾਂ ਨੂੰ ਪਦਮਸ਼ਰੀ ਮਿਲਿਆ ਆ ਉਹ ਬਾਬੇ ਲਾ ਚੁੱਕੇ ਨੇ ਉੱਥੇ ਪੌਦੇ ਉਹਨਾਂ ਨੇ ਪੂਰੇ ਪੰਜਾਬ 'ਚ ਹੀ ਪੌਦੇ ਲਾਇਏ ਇਸੇ ਕਰਕੇ ਭਾਰਤ ਸਰਕਾਰ ਨੇ ਪਦਮਸ਼ਰੀ ਦਿੱਤਾ ਕਿਸੇ ਦੇ ਜੀਜੇ ਦੇ ਦਰਖਤਾਂ ਦੇ ਲਾਇਆ ਤੇ ਨਹੀਂ ਖਡੂਰ ਸਾਹਿਬ ਵਾਲਾ ਇਲਾਕਾ ਜਾਂ ਵੈਰੋ ਵਾਲਾ ਇਲਾਕਾ ਜਾਂ ਜਿੱਥੋਂ ਐਮਐਲਏ ਜਾਂ ਜਿੱਥੇ ਮਾਈਨਿੰਗ ਹੋ ਰਹੀ ਇਹ ਤਾਂ ਉਲਟਾ ਜਾੜਦੇ ਆ ਕਿ ਨਾ ਪਰ ਇਸ ਮਸਲੇ ਦੇ ਵਿੱਚ ਜੋ ਐਸਐਸਪੀ ਦੇ ਖਿਲਾਫ ਇਲਜ਼ਾਮ ਲੱਗੇ ਨੇ ਉਹਦੀ ਜਿਹੜੀ ਜਾਂਚ ਆ ਉਹ ਤਾਂ ਫਿਰ ਹੁਣ ਡੀਆਈਜੀ ਬਾਰਡਰਿੰਜ ਕਰ ਸਕਦੇ ਨੇ ਜਾਂ ਡੀਜੀਪੀ ਸਾਹਿਬ ਕਰ ਸਕਦੇ ਨੇ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਰ ਸਕਦੇ ਕਿਉਂਕਿ ਇਸ ਟਾਈਮ ਜਿਹੜੇ ਰੈਵਨਿਊ ਡਿਸਟ੍ਰਿਕਟ ਨੇ ਤੇ ਪਾਲਸ ਪੁਲਿਸ ਡਿਸਟ੍ਰਿਕਟ ਜਿਹਦੇ ਚ ਆਪਾਂ ਕਹਿ ਸਕਦੇ ਕਿ ਬਟਾਲਾ ਜਾਂ ਖੰਨਾ ਜਾਂ ਲੁਧਿਆਣਾ ਰੂਲਰ ਜਿਹਨੂੰ ਜਗਰਾਉਂ ਕਹਿੰਦੇ ਸੀ ਇਹ ਸਾਰੇ ਐਸਐਸਪੀ ਕਿੰਨੇ ਲਾਏ ਨੇ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਲਾਏ ਨੇ ਡੀਜੀਪੀ ਸਾਹਿਬ ਨੇ ਲਾਏ ਨੇ ਤੇ ਜੇ ਕਿਸੇ ਐਸਐਸਪੀ ਤੇ ਕਿੰਤੂ ਪਰੰਤੂ ਹੁੰਦਾ ਇਸ ਮਸਲੇ ਦੇ ਵਿੱਚ ਕ੍ਰਿਪਸ਼ਨ ਦੇ ਮਸਲੇ ਦੇ ਵਿੱਚ ਤੇ ਲਾਜ਼ਮੀ ਤੌਰ ਤੇ ਫਿਰ ਤੇ ਸਾਰੇ ਦੋਸ਼ੀ ਨੇ ਹੁਣ ਦੇਖਦੇ ਆਂ ਕਿ ਜਿਹੜੀ ਅਣਖ ਜੀ ਦਿਖਾਈ ਆ ਜਾਂ ਜਿਹੜੀ ਲਾਲਪੁਰੇ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਨੇ ਰੜਕ ਤੇ ਮੜਕ ਤੇ ਬੜਕ ਉਹ ਕੀ ਮੁੱਖ ਮੰਤਰੀ ਦੇ ਦਫ਼ਤਰ ਤੱਕ ਉਹਦੀ ਰੜਕ ਤੇ ਮੜਕ ਤੇ ਬੜਕ ਟਿਕੀ ਰਹੂਗੀ ਹੁਣ 9 ਮਹੀਨਿਆਂ ਤੋਂ ਜਿਹੜਾ ਬੰਦਾ ਐਸਐਸਪੀ ਲੱਗਾ ਹੋਵੇ ਜਿੰਨੇ ਉਹਦੇ ਨਸ਼ਿਆਂ ਦੇ ਖਿਲਾਫ ਕੰਮ ਵੀ ਕੀਤਾ ਹੋਵੇ ਕੋਈ 3.5 ਤਿੰਨ ਕਰੋੜ ਦੀ ਡਰੱਗ ਮਣੀ ਫੜੀ ਹੋਵੇ ਉਸੇ ਅਗਰ ਕਿੰਤੂ ਪਰੰਤੂ ਹੁੰਦੇ ਨੇ ਐਸਐਸਪੀ ਦੇ ਅਗਰ ਕਿੰਤੂ ਪਰੰਤੂ ਹੁੰਦੇ ਨੇ ਇਟ ਮੀਨ ਸਟੇਟ ਤੇ ਕਿੰਤੂ ਪਰੰਤੂ ਹੁੰਦੇ ਨੇ ਇਟ ਮੀਨ ਸੂਬੇ ਦੇ ਡੀਜੀਪੀ ਦੇ ਹੁੰਦੇ ਨੇ ਇਟ ਮੀਨ ਸੂਬੇ ਦੇ ਗ੍ਰਹਿ ਮੰਤਰੀ ਤੇ ਹੁੰਦੇ ਨੇ ਜੇ ਕਿਸੇ ਐਸਐਸਪੀ ਤੇ ਕਿੰਤੂ ਕੰਤੂ ਕਿੰਤੂ ਪਰੰਤੂ ਹੁੰਦਾ ਕਿਉਂਕਿ ਐਸਐਸਪੀ ਐਮਐਲਏ ਤੇ ਨਹੀਂ ਲਗਾ ਸਕਦੇ SSP ਤੇ ਜਾਂ DGP ਜਾਂਦਾ ਮੁੱਖ ਮੰਤਰੀ ਲਾ ਸਕਦਾ ਹੋਰ ਤਾਂ ਕੋਈ ਲਾ ਨਹੀਂ ਸਕਦਾਗਾ ਐਸਐਚਓ ਤੇ ਚਲੋ ਐਮਐਲਏ ਆਪਣੇ ਕਹਿਣ ਤੇ ਲਗਵਾ ਲਗੂ ਲੈਂਦੇ ਹਨ ਪਰ ਇਹ ਸਵਾਲ ਦੇ ਵਿੱਚ ਜਿਹੜੇ ਇਸ ਮਸਲੇ 'ਚ ਹੁਣ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਨੂੰ ਦਰਦ ਜਾਂ ਪੀੜ ਹੋ ਰਹੀ ਨੇ ਲਾਜ਼ਮੀ ਤੌਰ ਤੇ ਹੁੰਦੀ ਹੈ ਕਿ ਤੁਹਾਡਾ ਅਗਰ ਖੂਨ ਦਾ ਰਿਸ਼ਤਾ ਜਾਂ ਭਰਾ ਜਾਂ ਪਣਵਈਆ ਜਾਂ ਕੋਈ ਹੋਰ ਸਾਕ ਸੰਬੰਧੀ ਫੜਿਆ ਜਾਂਦਾ ਹੈ ਅਜਿਹੇ ਮਸਲਾਂ ਦੇ ਵਿੱਚ ਦੇਖੋ ਪੀੜ ਤੇ ਹੈ ਹੀ ਹੈ ਦੁੱਖ ਤੇ ਲੱਗਦਾ ਹੀ ਹੈ ਕਿ ਮੇਰੀ ਕਾਦੀ ਐਮਐਲਏ ਆ ਮੈਂ ਕਹਦਾ ਵਿਧਾਇਕਾਂ ਜੇ ਮੇਰੇ ਰਿਸ਼ਤੇਦਾਰ ਹੀ ਫੜ ਲਿਆਗੇ ਬੰਦਨੋ ਅਣਖਜੀ ਹੁੰਦੀ ਨਾ ਵੀ ਯਾਰ ਮੈਂ ਇਹ ਦੇ ਹੀઠી ਹੋ ਗਈ ਇਹ ਹੁਣ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਦੀ ਹੀਠੀ ਹੋਈ ਆ ਹੋਰ ਕੁਝ ਨਹੀਂ ਹੋਇਆ ਪਰ ਆਪਣੇ ਇਹਨਾਂ ਨੂੰ ਜਿੰਨੇ ਵੀ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨਹੀਂ ਬਾਕੀ ਵੀ ਬਾਕੀ ਵੀ ਐਮਐਲਏਜ਼ ਨੂੰ ਵਾਰਨ ਕਰਨਾ ਚਾਹੀਦਾ ਆਪਣੇ ਰਿਸ਼ਤੇਦਾਰਾਂ ਨੂੰ ਵੀ ਮਸਾ ਮਸਾ ਦੇ ਯਾਰ ਹਨੇਰੀ ਦੇ ਵਿੱਚ ਅਸੀਂ ਐਮਐਲਏ ਬਣੇ ਅਸੀਂ ਤਾਂ ਕਦੀ ਪਿੰਡ ਦੇ ਸਰਪੰਚ ਨਹੀਂ ਸੀ ਬਣੇ ਜੇ ਰੱਬ ਨੇ ਮਿਹਰ ਕਰ ਦਿੱਤੀ ਹੈ ਕੁਦਰਤ ਨੇ ਮਿਹਰ ਕਰਤੀ ਹੈਗੀ ਆ ਤੇ ਤੁਸੀਂ ਐਮਐਲਏ ਬਣ ਕੇ ਘਟੋ ਘਟ ਆਪਣੇ ਰਿਸ਼ਤੇਦਾਰਾਂ ਨੂੰ ਤੇ ਕੰਟਰੋਲ ਕਰਕੇ ਰੱਖੋ ਨਕੀਲ ਪਾਓ ਕੋਈ ਸਿਪਾਈ ਆ ਕਿਸੇ ਮੰਤਰੀ ਦਾ ਭਰਾ ਉਹ ਉਦਘਾਟਨ ਕਰੀ ਜਾਂਦਾ ਉਹ ਐਸਐਚਓ ਨੂੰ ਫੋਨ ਕਰੀ ਜਾਂਦਾ ਉਹ ਐਸਐਸਪੀ ਨੂੰ ਫੋਨ ਕਰੀ ਜਾਂਦਾ ਕਿਸੇ ਦਾ ਪੀਏ ਡਾ ਆ ਗਿਆ ਕਿਸੇ ਦਾ ਹੋਰ ਉਹ ਐਸਡੀ ਡਾ ਆ ਗਿਆ ਕਿਸੇ ਦਾ ਭਨੇਵਾ ਡਾ ਆ ਗਿਆ ਕਿਸੇ ਦਾ ਹੀ ਪਰਝਾਈ ਡਾ ਆ ਗਈ ਕਿਦਾ ਭਰਾ ਰਹਿ ਗਿਆ ਸਾਰਾ ਟੱਬਰ ਲੱਗਾ ਹੋਇਆ ਇਟ ਮੀਨ ਕਿ ਫਿਰ ਕਾਲੀਆਂ ਤੇ ਕਾਂਗਰਸੀਆਂ ਦੇ ਵੀ ਗਾਂ ਟੱਬਰ ਦੇ ਟੱਬਰ ਇਦਾਂ ਹੀ ਚੱਲਦੇ ਜਿਵੇਂ ਲੋਕੀ ਅੱਜ ਉਹਨਾਂ ਨੂੰ ਬਾਹਰ ਵੜਾ ਕੇ ਬੈਠੇ ਨੇ ਉਹ ਆਪਸੀ ਲੜੀ ਜਾਂਦੇ ਨੇ ਹੈਨਾ ਜਿਦਾ ਕਾਂਗਰਸੀ ਲੜ ਰਹੀ ਨਾ ਕਹਿੰਦੇ ਨੇ ਪੁਕੇ ਨੂੰ ਪੁਖਾ ਟੱਕਰੇ ਤੇ ਦੋਨੇ ਗੱਸ਼ ਖਾ ਕੇ ਡਿੱਗ ਪਏ। ਐਸੇ ਕਰਕੇ ਕਿਉਂਕਿ ਉਹਨਾਂ ਨੂੰ ਵੀ ਹੰਕਾਰ ਬਹੁਤ ਜ਼ਿਆਦਾ ਸੀ। ਉਹਨਾਂ ਨੇ ਵੀ ਪੰਜਾਬ ਦਾ ਠੇਕਾ ਲੈ ਲਿਆ ਸੀ। ਪਹਿਲਾਂ ਕਾਲੀਆਂ ਨੇ ਠੇਕਾ ਲਿਆ ਸੀ, ਫਿਰ ਕਾਂਗਰਸ। ਹੁਣ 18 ਮਹੀਨਿਆਂ ਤੋਂ ਇਹਨਾਂ ਨੇ ਠੇਕਾ ਲਿਆ ਵੀ ਸਾਨੂੰ ਕੌਣ ਪੁੱਛ ਸਕਦਾਗਾ? ਪਰ ਜਦੋਂ ਲੋਕਤੰਤਰ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ, ਲੋਕਤੰਤਰ ਦੇ ਵਿੱਚ ਜਦੋਂ ਲੋਕ ਵੱਡੇ ਹੁੰਦੇ ਨੇ ਤੇ ਜਦੋਂ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁਣ ਸਿਆਣੇ ਹੁਣ ਸੂਝ-ਬੂਝ ਵਾਲੇ ਹੋਣ ਤੇ ਜਿਵੇਂ ਵੱਡੇ-ਵੱਡੇ ਪਹਿਲਾਂ ਮਾਰ ਰੱਥੀਆਂ ਦੇ ਜੜ੍ਹਾਂ ਤੋਂ ਹੁਲ ਆਏ ਨਾ ਤੇ ਇਹਨਾਂ ਦੀਆਂ ਤੇ ਹਜੇ ਵਿਚਾਰਿਆਂ ਦੀਆਂ ਜੜਾਂ ਵੀ ਲੱਗੀਆਂ ਹੈਗੀਆਂ 27 ਤੇ ਵੇਖੋ ਕੀ ਬਣਦਾ ਫਿਰ ਇਹ ਤੇ ਹਜੇ ਉੱਪਰ ਨੇ ਇੱਥੇ ਜਿਹੜੇ ਬਾਬੇ ਬੋੜ ਸੀ ਜਿਨ੍ਹਾਂ ਦੀਆਂ ਸਮੁੰਦਰ ਤੱਕ ਪਤਾਲ ਤੱਕ ਜੜਾਂ ਲੱਗੀਆਂ ਸੀ ਜੇ ਉਹ ਪੁੱਟੇ ਗਏ ਨੇ ਤੇ ਇਹ ਤੇ ਹਜੇ ਪਹਿਲੀ ਜਦੋਂ ਝੋਖਾ ਆਇਆ ਨਾ ਹੂੰ ਉਦੋਂ ਹੀ ਪੁੱਟੇ ਜਾਣੇ ਹੈਗੇ ਉਦੋਂ ਹੀ ਉਖੜ ਜਾਣੇ ਹੈਗੇ ਨੇ ਅਗਲਾ ਇੱਕ ਮਸਲਾ ਹੋਰ ਇੰਪੋਰਟੈਂਟ ਹੈ ਪੰਜਾਬ ਸਰਕਾਰ ਨੇ ਫੈਸਲਾ ਤਾਂ ਲੈ ਲਿਆ ਪਹਿਲਾਂ ਯੂ ਟਰਨਾ ਕਰਕੇ ਕਾਫੀ ਕੁਝ ਸੁਣਨਾ ਪਿਆ ਸਰਕਾਰ ਨੂੰ ਹੁਣ ਸੁਣਨ ਚਾ ਰਿਹਾ ਕਿ ਦੋ ਆਈਏ ਅਫਸਰ ਜਿਹੜੇ ਸਸਪੈਂਡ ਕੀਤੇ ਪੰਚਾਇਤਾਂ ਭੰਗ ਕਰਨ ਵਾਲੇ ਮਸਲੇ 'ਚ ਹੁਣ ਉਹਨਾਂ ਨੂੰ ਬਹਾਲ ਵੀ ਛੇਤੀ ਕਰਨਾ ਪੈਣਾ ਕਿਉਂਕਿ ਸਮੇਂ ਸਮ ਜਿਹੜਾ ਨਿਸ਼ਚਿਤ ਕੀਤਾ ਗਿਆ ਕੇਂਦਰ ਸਰਕਾਰ ਨੂੰ ਰਿਪੋਰਟ ਹੀ ਨਹੀਂ ਭੇਜ ਸਕੀ ਪੰਜਾਬ ਸਰਕਾਰ ਸੰਦੀਪ ਜਦੋਂ ਕੋਈ ਵੀ ਕੇਸ ਜਿਹੜਾ ਤਿਆਰ ਹੁੰਦਾ ਨਾ ਉਹ ਪਹਿਲਾਂ ਸੁਪਰਡੈਂਟ ਤੋਂ ਤਿਆਰ ਹੁੰਦਾ ਜਾਂ ਡੀਲਿੰਗ ਕਲਰਕ ਤੋਂ ਤਿਆਰ ਹੁੰਦਾ ਸਰਕਾਰੀ ਫਾਈਲ ਜਿਹੜੇ ਬਾਅਦ ਚ ਲੀਕ ਹੋਈ ਆ ਇਸ ਮਸਲੇ ਦੇ ਵਿੱਚ ਜਦੋਂ ਮੰਨ ਲਓ ਪਹਿਲਾਂ ਮੈਂ ਫਾਈਲ ਤਿਆਰ ਨੋਟਿੰਗ ਕਰਤੀ ਮੇਰੇ ਸਿਗਨੇਚਰ ਹੋ ਗਏ ਉਸ ਤੋਂ ਬਾਅਦ ਤੁਹਾਡੇ ਕੋ ਚਲੇਗੀ ਤੁਹਾਡੇ ਸਿਗਨੇਚਰ ਹੋ ਗਏ ਤੁਹਾਡੀ ਜ਼ਿੰਮੇਵਾਰੀ ਹੋ ਗਈ ਤੁਹਾਡੇ ਤੋਂ ਬਾਅਦ ਜੁਆਇੰਟ ਡਾਇਰੈਕਟਰ ਦੇ ਸਿਗਨੇਚਰ ਹੋ ਗਏ ਉਹਨਾਂ ਦੀ ਜ਼ਿੰਮੇਵਾਰੀ ਹੋ ਗਈ ਜੁਆਇੰਟ ਡਾਇਰੈਕਟਰ ਤੋਂ ਬਾਅਦ ਡਾਇਰੈਕਟਰ ਦੇ ਹੋ ਗਏ ਉਹਨਾਂ ਦੀ ਜ਼ਿੰਮੇਵਾਰੀ ਵਧ ਗਈ ਡਾਇਰੈਕਟਰ ਤੋਂ ਬਾਅਦ ਉਸੇ ਕੇਸ ਦੇ ਵਿੱਚ ਸੈਕਟਰੀ ਦੇ ਸਿਗਨੇਚਰ ਹੋ ਕੇ ਇਟ ਮੀਨਸ ਸੈਕਟਰੀ ਇਸ ਮਸਲੇ ਦੇ ਵਿੱਚ जिम्मेवार ਮੰਨਦਾ ਸੈਕਟਰੀ ਤੋਂ ਬਾਅਦ ਅਗਰ ਮੰਤਰੀ ਦੇ ਸਿਗਨੇਚਰ ਹੋ ਜਾਂਦੇ ਉਸ ਫਾਈਲ ਦੇ ਇਟ ਮੀਨ ਮੰਤਰੀ ਨੂੰ ਸਭ ਕੁਝ ਪਤਾ ਹੈਗਾ ਉਹ ਜੋ ਉਹ ਜ਼ਿੰਮੇਵਾਰ ਉਹਦੀ ਰਿਸਪੌਂਸਿਬਿਲਟੀ ਕਾਉਂਟੇਬਿਲਟੀ ਵਧ ਗਈ ਉਸੇ ਫਾਈਲ ਦੇ ਅਗਰ ਮੁੱਖ ਮੰਤਰੀ ਦੇ ਸਿਗਨੇਚਰ ਹੋ ਜਾਂਦੇ ਹੈਗੇ ਨੇ ਇਟ ਮੀਨ ਮੁੱਖ ਮੰਤਰੀ ਦੇ ਨੋਲਿਜ ਆ ਉਹ ਵੀ ਬਰਾਬਰ ਦੇ ਜ਼ਿੰਮੇਵਾਰੀ ਕਾਉਂਟੇਬਿਲਟੀ ਆ ਰੂਰਲ ਡਿਵੈਲਪਮੈਂਟ ਪੰਚਾਇਤ ਚੋਣਾਂ ਜਿਹੜਾ ਮਸਲਾ ਉਹ ਸਾਰਾ ਇੱਕ ਪ੍ਰੋਪਰ ਚੈਨਲ ਆ ਜਿਹੜਾ ਪੰਜਾਬ ਸਿਵਲ ਸਰਵਿਸ ਰੂਲ ਦੇ ਮੁਤਾਬਕ ਹੈ ਕਿ ਉਹ ਤਾਂ ਹੀ ਕਰਦੇ ਨਾ ਹਰ ਸਿਗਨਿਫਿਕੇਟਡ ਨੋਟਿੰਗ ਇਹ ਦੇ ਨਾ ਹੁਣ ਇਹ ਮਸਲਾ ਐ ਕਿ ਜਦੋਂ ਦੋ ਜਿਹੜੇ ਅਪਸ ਕੋਈ ਸਰਕਾਰ ਦੀ ਕਿਰਕਰੀ ਬਹੁਤ ਹੋਈ ਸੀ ਇਸ ਮਸਲੇ ਦੇ ਵਿੱਚ ਹੁਣ ਗੁੱਸਾ ਦੇ ਸਰਕਾਰ ਨੇ ਕੱਢਣਾ ਸੀ ਗੁੱਸਾ ਘੜਤਾ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਤੇ ਸੈਕਟਰੀ ਜਿਹੜੇ ਨੇ ਡੀਕੇ ਤਵਾੜੀ ਫਾਈਲ ਲੀਕ ਹੋ ਗਈ ਉਹ ਹਜੇ ਤੱਕ ਸਰਕਾਰ ਨੇ ਜਾਂਚ ਦਿੱਤੀ ਅੰਦਰਖਾਤੇ ਪਤਾ ਨਹੀਂ ਲੱਗਾ ਕਿ ਉਹ ਕਿੱਥੋਂ ਲੀਕ ਹੋਈ ਹੈ ਹੁਣ ਸਵਾਲ ਹੈ ਕਿ ਕੀ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਤੇ ਜਾਂ ਡੀਕੇ ਤਵਾੜੀ ਦਾ ਦੋਸ਼ ਹੈ ਕਿ ਨਹੀਂ ਪਰ ਉਹਨਾਂ ਨੂੰ ਸਸਪੈਂਡ ਕਰ ਦਿੱਤਾਗਾ ਹੁਣ ਇਸ ਮਸਲੇ ਦੇ ਵਿੱਚ ਲੀਕ ਹੋ ਗਈ ਚਿੱਠੀ ਜਿਹਦੇ ਚ ਮੰਤਰੀ ਲਾਲਜੀ ਸਿੰਘ ਭੁੱਲਰ ਸਾਹਿਬ ਦੇ ਵੀ ਦਸਕਤਤੀ ਦੋ ਦਫਾ ਸੀਐਮ ਸਾਹਿਬ ਦੇ ਵੀ ਦੋ ਦਫਾ ਦਸਕਤ ਸੀ ਕਿਉਂਕਿ ਫਾਈਲ ਪਹਿਲਾਂ ਅੱਪ ਫਿਰ ਡਾਊਨ ਜਿਸ ਪ੍ਰੋਪਰ ਚੈਨਲ ਜਾਂਦੀ ਉਸੇ ਪ੍ਰੋਪਰ ਚ ਆਂਦੀ ਆ ਹੁਣ ਦੋ ਅਫਸਰ ਸਸਪੈਂਡ ਕਰ ਦਿੱਤੇ ਦੋਨੇ ਆਈਐਸ ਹੈ ਆਈਐਸ ਦੀ ਕੰਟਰੋਲਿੰਗ ਅਥਾਰਟੀ ਹੈਗੀ ਆ ਭਾਰਤ ਸਰਕਾਰ ਹੁਣ ਕਾਨੂੰਨ ਕਹਿੰਦੇ ਕਿ ਜਦੋਂ ਸੂਬਾ ਸਰਕਾਰ ਕਿਸੇ ਆਈਐਸ ਅਫੀਸਰ ਜਾਂ ਆਈਪੀਐਸ ਅਫੀਸਰ ਨੂੰ ਸਸਪੈਂਡ ਕਰ ਦਿੰਦੀ ਆ ਉਹ ਕੇਸ ਭਾਰਤ ਸਰਕਾਰ ਨੂੰ ਭੇਜਣਾ ਹੁੰਦਾ 30 ਦਿਨਾਂ ਤੱਕ ਜੇ ਕੋਈ ਸੈਂਟਰਲ ਸਰਕਾਰ ਦਾ ਜਵਾਬ ਨਹੀਂ ਆਉਂਦਾ 30ਵੇਂ ਦਿਨ ਐਸ ਪਰ ਰੂਲ ਉਹ ਅਫਸਰ ਬਹਾਲ ਮੰਨੇ ਜਾਂਦੇ ਨੇ ਹੁਣ ਇਸ ਮਸਲੇ ਜਿੱਤੇ ਪੰਜਾਬ ਸਰਕਾਰ ਨੇ ਹਲੇ ਤੱਕ ਕੇਸ ਨਹੀਂ ਭੇਜਿਆ ਮਹੀਨਾ ਪਰਸੋਂ ਹੋ ਜਾਣਾ ਇਟ ਮੀਨ ਸਰਕਾਰ ਨੇ ਇੱਕ ਹੋਰ ਲਲਿਆ ਯੂ ਟਰਨ ਸਰਕਾਰ ਮੰਨ ਚੁੱਕੀ ਕਿ ਜਾਂ ਮੰਤਰੀ ਕੋ ਗਲਤੀ ਹੋਈ ਹੈ ਜਾਂ ਸੀਐਮ ਸਾਹਿਬ ਨੇ ਨਹੀਂ ਦੇਖਿਆ ਸੀਐਮ ਨੂੰ ਜਿਹੜੀ ਫਾਈਲ ਕਢਵਾਈ ਗਈ ਸੀ ਉਹ ਕੁਮਾਰ ਅਮਿਤ ਨੇ ਕਢਵਾਈ ਸੀ ਜਿਹੜੇ ਸੀਐਮ ਆਫਿਸ ਦਫਤਰ ਦੇ ਵਿੱਚ ਅਫਸਰ ਹੁੰਦੇ ਨਾ 6 7 ਆਈਐਸ ਅਫੀਸਰ ਹੁੰਦੇ ਨੇ ਉਹ ਪੰਜਾਬ ਦੇ 52 ਡਿਪਾਰਟਮੈਂਟ ਨੇ ਉਹ ਡਿਪਾਰਟਮੈਂਟ ਵੰਡੇ ਹੁੰਦੇ ਨੇ ਕਿ ਫਲਾਨੇ ਛੇ ਡਿਪਾਰਟਮੈਂਟ ਤੁਸੀਂ ਦੇਖਣੇ ਛੇ ਇਹਨਾਂ ਦੇਖਣੇ ਛੇ ਮੈਂ ਦੇਖਣੇ ਰੂਰਲ ਡਿਵੈਲਪਮੈਂਟ ਦੇ ਜਾੜੇ ਜਿੱਦੋਂ ਵੀ ਕੋਈ ਡਿਪਾਰਟਮੈਂਟ ਚੋ ਫਾਈਲ ਆਉਂਦੀ ਕੁਮਾਰ ਅਮਿਤ ਹੁਣਾਂ ਦੇਖਣੀ ਸੀ ਹੁਣ ਸਵਾਲ ਰੋਲਾ ਇਹ ਆ ਕਿ ਜਿਹੜੇ ਸੀਐਮ ਆਫਿਸ ਦੇ ਵਿੱਚ ਅਫਸਰ ਹੁੰਦੇ ਨੇ ਉਦੇਤੇ ਉਹਨਾਂ ਦੇ ਦਸਕਤ ਨਹੀਂ ਹੁੰਦੇ ਇਸ ਕਰਕੇ ਕੁਮਾਰ ਅੰਮਿਤ ਬਚ ਗਿਆ ਪਰ ਕੁਮਾਰ ਅੰਮਿਤ ਦੀ ਜਿਹੜੀ ਜ਼ਿੰਮੇਵਾਰੀ ਬੰਦੀ ਸੀ ਉਹਨਾਂ ਨੂੰ ਮੁੱਖ ਮੰਤਰੀ ਨੂੰ ਅਗਤ ਕਰਾਉਣਾ ਚਾਹੀਦਾ ਹੈ ਸਰਕਾਰ ਪਸਾਰੇ ਜਿਹੜਾ ਕੇਸ ਆਇਆ ਪੰਚਾਇਤਾਂ ਭਾਂਗੜੂ ਲੈ ਕੇ ਇਹਦੇ ਵਿੱਚ ਆ ਕੁਝ ਆ ਇੱਕ ਹੀ ਉਹਨੇ ਡਿਕਟੇਟ ਕਰਨਾ ਸੀ ਜਾਂ ਡਾਇਰੈਕਟ ਉਹ ਦੱਸਣੀ ਸੀ ਕਿ ਸਰ ਆ ਕੁਝ ਹੋ ਸਕਦਾ ਕਾਨੂੰਨੀ ਤੌਰ ਤੇ ਜੇ ਆਪਾਂ ਕਰ ਸਕਦੇ ਕਿ ਨਹੀਂ ਕਰ ਸਕਦੇ ਪੰਜਾਬ ਰਾਜ ਐਕਟ ਕੀ ਕਹਿੰਦਾ ਹੈਗਾ ਕਿ ਆਪਾਂ ਪੰਚਾਇਤਾਂ ਭੰਗ ਕਰਕੇ ਸੂਬਾ ਚੋਣ ਕਮਿਸ਼ਨ ਨੂੰ ਭੇਜਣਾ ਵਾ ਸਰ ਇਹ ਵੀ ਬੜਾ ਜ਼ਰੂਰੀ ਆ ਜੇ ਪੰਚਾਇਤਾਂ ਭੰਗ ਕਰਨ ਦਾ ਸਾਡੇ ਕੋਲ ਰਾਈਟ ਹੈਗਾ ਤੇ ਸਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਵੀ ਜਾਰੀ ਕਰਨੀ ਪੈਣੀ ਕਿ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਗਿਆ ਹੈਗਾ ਇਹ ਹੁਣ ਸਰਕਾਰ ਨੇ ਉਦੋਂ ਕਾਲੀ ਕਾਲੀ ਇਹ ਫੈਸਲਾ ਕਰਤਾ ਹੈਗਾ ਡਾਇਰੈਕਟਰ ਵੀ ਸਸਪੈਂਡ ਸੈਕਟਰੀ ਵੀ ਸਸਪੈਂਡ ਵਿਰੋਧੀਆਂ ਨੇ ਚੱਕ ਲਿਆ ਮੁੱਦਾ ਪੀ ਡਾਇਰੈਕਟਰ ਦਾ ਜੇ ਨਜੀਬ ਤੁਸੀਂ ਕਸੂਰ ਮੰਨਦੇ ਹੋ ਗੁਰਪ੍ਰੀਤ ਸਿੰਘ ਖੈਰ ਦਾ ਜੇ ਤੁਸੀਂ ਸੈਕਟਰੀ ਡੀਕੇ ਤਵਾੜੀ ਦਾ ਕਸੂਰ ਮੰਨਦੇ ਹੋ ਫਿਰ ਲਾਲਜੀਤ ਭੁੱਲਰ ਦਾ ਕਾਲੀਆਂ ਨੇ ਵੀ ਅਸਤੀਫਾ ਮੰਗਿਆ ਕਾਂਗਰਸੀਆਂ ਨੇ ਵੀ ਅਸਤੀਫਾ ਮੰਗਿਆ ਮੁੱਖ ਮੰਤਰੀ ਦਾ ਵੀ ਵਿਰੋਧੀਆਂ ਨੇ ਅਸਤੀਫਾ ਮੰਗਿਆ ਹੈਗਾ ਹੁਣ ਸਰਕਾਰ ਨੇ ਹਾਲੇ ਤੱਕ ਰਿਪੋਰਟ ਜਿਹੜੇ ਵੀ ਆ ਪੂਰੀ ਡਿਟੇਲ ਦੇਣੀ ਪੈਂਦੀ ਹੈਗੀ ਆ A to Z ਕੀ ਕੋਈ جواب ਰ ਆ ਫਿਰ ਸੈਂਟਰ ਮੰਨਦਾ ਹੈਗਾ ਉਹ ਭੇਜੀ ਨਹੀਂ ਹੁਣ ਭੇਜੇ ਕਿਵੇਂ ਕਿਉਂਕਿ ਸਟੈਂਡ ਨਹੀਂ ਸੀ ਕਰਨੀ ਕਿਉਂਕਿ ਸਟੈਂਡ ਇਸ ਕਰਕੇ ਨਹੀਂ ਕਰਨੀ ਸੀ ਕਿ ਉਹਦੇ ਤੇ ਮਨਿਸਟਰ ਦੇ ਵੀ ਆ ਸਿਗਨੇਚਰ ਸਰਕਾਰ ਨੇ ਸੋਚਿਆ ਕਿ ਕੇਂਦਰ ਸਰਕਾਰ ਵਾਲੇ ਕੱਲ ਨੂੰ ਸਾਨੂੰ ਪੂਰੀ ਚਿੱਠਾ ਸ਼ੀਸ਼ਾ ਦਿਖਾ ਦੇਣ ਸੋ ਪਹਿਲਾਂ ਕਿਸੇ ਭੇਜੀ ਹੀ ਨਾ ਆਪੇ ਹੀ ਹਾਲ ਕਰਦੀ ਐ ਇੱਥੇ ਇੱਥੇ ਉਹ ਜੇ ਉਹਨੇ ਕਰਨਾ ਵੀ ਨਹੀਂ ਸੀ ਕਿਉਂਕਿ ਕੇਸ ਦੇ ਵਿੱਚ ਡਾਇਰੈਕਟਰ ਸੈਕਟਰੀ ਦਾ ਇਨਾ ਕਸੂਰ ਨਹੀਂ ਲੱਗਦਾ ਜਿੰਨਾ ਸਰਕਾਰ ਦਾ ਕਸੂਰ ਆ ਸਰਕਾਰ ਮੰਤਰੀ ਵੀ ਹੈ ਮੰਤਰੀ ਵੀ ਆਪਣੇ ਆਪ ਚ ਸਰਕਾਰ ਹੀ ਆ ਜਾਂ ਮੰਤਰੀ ਨੇ ਪੜ੍ਹੀ ਨਹੀਂ ਹੁਣ ਸਵਾਲ ਇਹ ਵੀ ਹੈ ਕਿ ਚਾਹੇ ਪੰਜਾਬੀ ਦੇ ਵਿੱਚ ਡਰਾਫਟਿੰਗ ਹੋਈ ਆ ਜਾਂ ਅੰਗਰੇਜ਼ੀ ਦੇ ਵਿੱਚ ਲਿਖੀ ਆ ਜੇ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਮੇਰੇ ਨਾਲ ਜਿਹੜੇ ਕਲਰਕ ਨੇ ਪ੍ਰਾਈਵੇਟ ਸੈਕਟਰੀ ਜਿਹੜੇ ਪੰਜਾਬ ਗਵਰਨਮੈਂਟ ਨਾਲ ਡਿਪਲੂਟ ਕਰਦੀ ਆ ਜਾਂ ਆਪਣੇ ਡਾਇਰੈਕਟਰ ਨੂੰ ਬੁਲਾ ਕੇ ਵੀ ਇਹ ਮੈਨੂੰ ਦੱਸ ਜੇ ਮੈਨੂੰ ਨਹੀਂ ਸਮਝ ਲੱਗੀ ਹੈਗੀ ਮੈਨੂੰ ਆਪਾਂ ਮੰਨਦੇ ਕਿ ਬੰਦਾ ਨਹੀਂ ਕਿਸੇ ਅੰਗਰੇਜ਼ੀ ਕੋਈ ਬੁੱਧੀਮਾਨ ਲੋਕਾਂ ਦੀ ਭਾਸ਼ਾ ਤੇ ਹੈ ਨਹੀਂ ਆ ਜਸਟ ਇੱਕ ਕਮਿਊਨੀਕੇਸ਼ਨ ਵਾਲੀ ਲੈਂਗੁਏਜ ਆ ਪੰਜਾਬ ਦੇ ਵਿੱਚ ਜਿਹਨੂੰ ਅੰਗਰੇਜ਼ੀ ਆਉਂਦੀ ਉਹ ਸਮਝੇ ਕਿ ਬੜਾ ਇੰਟੈਲੀਜੈਂਟ ਆ ਇਹ ਪੰਜਾਬ ਦੇ ਵਿੱਚ ਭੁਲੇਖਾ ਹੋਰ ਕਿਤੇ ਨਹੀਂ ਭੁਲੇਖਾ ਹੈਗਾ ਤੇ ਤੁਸੀਂ ਮੰਨ ਲਓ ਇਸ ਪੰਜਾਬੀ ਚ ਕਹਦੇ ਹੋ ਕਿ ਪੰਜਾਬੀ ਦੀ ਡਰਾਫਟ ਕਰਕੇ ਭੇਜੋ ਨਾ ਹੁਣ ਉੱਤੇ ਡਾਇਰੈਕਟਰ ਦੇ ਵੀ ਮੰਤਰੀ ਦੇ ਵੀ ਸਿਗਨੇਚਰ ਹੋਏ ਨੇ ਇਸ ਕਰਕੇ ਨੂੰ ਸਵਾਲ ਹੈ ਕਿ ਉਦੋਂ ਸਰਕਾਰ ਨੇ ਤੇ ਕਿਉਂਕਿ ਕੋਰਟ ਦੇ ਵਿੱਚ ਕਿਰਕਰੀ ਹੋਈ ਪੂਰੇ ਪੰਜਾਬ ਚ ਬੇਸਤੀ ਹੋ ਗਈ ਯੂ ਟਰਨ ਲੈਣਾ ਪਿਆ ਤੇ ਸਰਕਾਰ ਨੂੰ ਲੱਗਾ ਕਿ ਆਪਾਂ ਖਬਰ ਤੇ ਆਪਣੇ ਖਿਲਾਫ ਜਾ ਰਹੀ ਹੈ ਖਬਰ ਨੂੰ ਆਪਣੇ ਹੱਕ ਚ ਕਿਵੇਂ ਕਰਵਾ ਦਿੱਤਾ ਡਾਇਰੈਕਟਰ ਤੇ ਸਕੱਤਰ ਨੂੰ ਸਸਪੈਂਡ ਕਰ ਦਿੱਤਾ ਖਬਰਾਂ ਕੀ ਚੱਲਣ ਲੱਪੀਆਂ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਨਲਾਕੀ ਲਾਪਰਵਾਹੀ ਅੰਗੇਲੀ ਕਾਰਨ ਦੋ ਵੱਡੇ ਅਫਸਰ ਝਾੜ ਤੇ ਸਸਪੈਂਡ ਕਰ ਦਿੱਤੇ ਆਪਾਂ ਵੀ ਰੌਲਾ ਪਾਇਆ ਡਾਇਰੈਕਟਰ ਝਾੜਤਾ ਸੈਕਟਰੀ ਝਾੜ ਦਿੱਤਾ ਜਦੋਂ ਚਿੱਠੀ ਲੀਕ ਹੋਈ ਉਹਦਾ ਫਿਰ ਸਰਕਾਰ ਬੈਕਫੋਰਟ ਤੇ ਆ ਗਈ ਹੁਣ ਇਸ ਕਰਕੇ ਚਾਹੇ ਸ਼ਰਮ ਦੇ ਮਾਰੇ ਚਾਹੇ ਕਾਨੂੰਨਾਂ ਦਾ ਕਹਿ ਦੋ ਚਾਹੇ ਅਧਿਕਾਰਾਂ ਤਹਿਤ ਕਰੋ ਸਰਕਾਰ ਨੇ ਰਿਪੋਰਟ ਨਹੀਂ ਭੇਜੀ ਕਿਉਂਕਿ ਜੇ ਭੇਜਦੇ ਤੇ ਉਹਨਾਂ ਨੇ ਕਾਰਵਾਈ ਨਹੀਂ ਕਰਨੀ ਸੀ ਇਹ ਤੇ ਅਫੀਸਰ ਚੰਗੇ ਹਮ ਡਾਇਰੈਕਟਰ ਤੇ ਸੈਕਟਰੀ ਜੇ ਹਾਈ ਕੋਰਟ ਚਲੇ ਜਾਂਦੇ ਨਾ ਜੀ ਤੇ ਪਹਿਲੇ ਦਿਨਾਂ ਦੀ ਬਹਾਲੀ ਹੋ ਜਾਣੀ ਉੱਥੇ ਸਰਕਾਰ ਦੀ ਕਿਰਕਰੀ ਬੁਰੀ ਜਰਾ ਹੋ ਜਾਣੀ ਉਹ ਫਿਰ ਆਈਐਸ ਲੌਬੀ ਨੇ ਕਿਹਾ ਤਾਂ ਨਾ ਕਿ ਆਪਾਂ ਕੇਸ ਨਹੀਂ ਭੇਜਣਾ ਹੈਗਾ ਮੁੱਖ ਮੰਤਰੀ ਨੂੰ ਦੱਸਤਾ ਉਹਨਾਂ ਕਿ ਸਰ ਆਪਣੇ ਕੋਲੋਂ ਗਲਤੀ ਹੋ ਗਈ ਹੈ ਇਸ ਕਰਕੇ ਆਪਾਂ ਠੰਡਾ ਕਰ ਲੈਂਦੇ ਮਾਮਲਾ ਕੋਈ ਨਾ ਕੋਈ ਨਵਾਂ ਮੁੱਦਾ ਛਿੜ ਜਾਂਦਾ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਤੇ ਆਟੋਮੈਟਿਕ ਆਪਾਂ ਕਰ ਲਾਂਗੇ ਤੇ ਆਪਾਂ ਕੇਸ ਭੇਜਣਾ ਨਹੀਂ ਹੈਗਾ ਉਹ ਬਹਾਲ ਸਮਝੇ ਜਾਣਗੇ ਹੁਣ 29 ਤਰੀਕ ਨੂੰ ਪੂਰਾ 1 ਮਹੀਨਾ ਹੋ ਜਾਣਾ 30 ਦਿਨ ਹੋ ਜਾਣੇ ਆ ਕਤਵੀਂ ਦਿਨ ਆਟੋਮੈਟਿਕ ਹੀ ਇਹਨਾਂ ਨੂੰ ਇਹ ਬਹਾਲ ਮੰਨੇ ਜਾਣਗੇ ਹੁਣ ਸਵਾਲ ਹੈ ਬਹਾਲ ਤੇ ਹੋ ਗਏ ਮੰਨ ਕੇ ਜਲਦ ਇੱਕ ਦਿਨ ਹੀ ਰਹਿ ਗਿਆ ਕੀ ਇਹਨਾਂ ਨੂੰ ਅਹੁਦੇ ਕਿਹੜੇ ਦੇਣੇ ਨੇ ਕੀ ਡਾਇਰੈਕਟਰ ਤੇ ਲਾਉਣ ਕਿਹੜੇ ਹਲੇ ਤੱਕ ਡਾਇਰੈਕਟਰ ਨਹੀਂ ਲਾਇਆ ਕੀ ਗੁਰਪ੍ਰੀਤ ਸਿੰਘ ਖੈਰਾ ਹੀ ਡਾਇਰੈਕਟਰ ਹੋਣਗੇ ਸੈਕਟਰੀ ਡੀ ਕੇ ਤਵਾੜੀ ਨੇ ਕਿੱਥੇ ਲਾਉਣਗੇ ਹੁਣ ਕਿਤੇ ਨਾ ਕਿਤੇ ਜਿੰਮੇਵਾਰੀ ਦੇਣੀ ਪੈਣਗੀ ਜੇ ਬਹਾਲ ਆਟੋਮੈਟਿਕ ਸਮਝੇ ਨੇ ਕੋਈ ਨਾ ਕੋਈ ਤੇ ਅਹੁਦਾ ਦੇਣਾ ਪਊਗਾ ਤੇ ਇਸ ਮਸਲੇ ਚ ਲੱਗਦਾ ਕਿ ਜੂ ਟਰਨ ਜਿਹੜਾ ਸਰਕਾਰ ਨੇ ਵੀ ਇੱਕ ਆਪਣੇ ਆਪ ਚ ਜੂ ਟਰਨ ਸਰਕਾਰ ਦੀ ਗਲਤੀ ਸੀ ਇਸ ਮਸਲੇ ਦੇ ਵਿੱਚ ਲਾਹ ਪਰਵਾਹੀ ਸਰਕਾਰ ਦੀ ਤੁਸੀਂ ਚੰਗੀ ਤਰ੍ਹਾਂ ਕਾਨੂੰਨੀ رائے ਨਹੀਂ ਲਈ ਲੀਗਲ ਰਾਏ ਨਹੀਂ ਲਈ ਤੁਸੀਂ ਇੱਕ ਸਰਕਾਰ ਕੋਲ 100 ਤੋਂ ਵੱਧ ਐਡਵੋਕੇਟ ਜਨਰਲ ਦੇ ਦਫਤਰ ਦੇ ਵਿੱਚ ਵਕੀਲ ਨੇ ਕਾਬਲ ਕਾਬਲ ਵਕੀਲ ਪਿੱਛੇ ਜੇ ਇੱਕ ਆਪਾਂ ਖਬਰ ਕਰਤੀ ਕਿ ਪਿੰਡਾਂ ਚੋਂ ਲਿਆਂਦੇ ਬਹੁਤੇ ਜਿਹੜੇ ਟੀਮ 'ਚ ਉਹਨਾਂ ਨੇ ਆਪਾਂ ਨੂੰ ਫੋਨ ਵੀ ਕੀਤੇ ਆਗੇ ਵੀ ਇਦਾਂ ਨਾ ਕਹੋ ਜੀ ਅਸੀਂ ਪਿੰਡਾਂ ਚੋਂ ਉੱਠ ਕੇ ਅਸੀਂ ਕਾਬਲ ਆ ਪਰ ਇਹਦੇ ਵਿੱਚ ਕਈ ਇਦਾਂ ਦੇ ਲੋਕ ਵੀ ਆ ਗਏ ਨੇ ਜਿਹੜੇ ਇਹਨੇ ਯੋਗਤਾ ਨਹੀਂ ਰੱਖਦੇ ਸੀ ਉਹਨੂੰ ਕੱਲ ਨੂੰ ਮੈਂ ਇੱਥੇ 5 ਸਾਲ ਲਾ ਕੇ ਜਾ ਕੇ ਤੱਪੇ ਮੰਡੀ ਪ੍ਰੈਕਟਿਸ ਕਰਦਾ ਮੈਂ ਤੇ ਆਮ ਆਦੀ ਪਾਰਟੀ ਨਾਲ ਜੁੜਿਆ ਮੈਂ ਸਿੱਧਾ ਹਾਈ ਕੋਰਟ ਆ ਜਾ ਤੇ ਮੇਰੀਆਂ ਲੱਤਾਂ ਭਾਰ ਥੋੜੇ ਚੱਲਣ ਗਿਆ ਏਦਾਂ ਦੇ ਤੁਸੀਂ ਜਦੋਂ ਬੰਦੇ ਭਰਤੀ ਕਰ ਲੇ ਉਹ ਤੰਗਾ ਪਏਗਾ ਹੁਣ ਤੁਸੀਂ ਆਪਣਾ ਐਡਵੋਕੇਟ ਜਨਰਲ ਦਫਤਰ ਛੱਡ ਕੇ ਠੀਕ ਹੈ ਜੀ ਤੁਸੀਂ ਇੱਕ ਅਸ਼ੋਕ ਅਗਰਵਾਲ ਸਾਹਿਬ ਨੇ ਇਸ ਕਿੱਤੇ ਦੇ ਕਾਬਿਲ ਐਡਵੋਕੇਟ ਜਨਰਲ ਨੇ ਸ਼੍ਰੋਮਣੀ ਕਾਲੀ ਦਲ ਸਰਕਾਰ ਵੱਲੋਂ ਪੰਜਾਬ ਦੇ ਐਡਵੋਕੇਟ ਜਨਰਲ ਰਹੇ ਨੇ ਤੁਸੀਂ ਉਹਨਾਂ ਨੂੰ ਵੀ ਪੇਸ਼ ਕਰਵਾ ਦਿੱਤਾਗਾ ਉਹ ਕਿੰਨੇ ਪੇਸ਼ ਕਰਵਾਇਆਗਾ ਉਹ ਡਾਇਰੈਕਟਰ ਦੀ ਜ਼ਿੰਮੇਵਾਰੀ ਸੀ ਜਾਂ ਸਕੱਤਰ ਦੀ ਸੀ ਜਾਂ ਫਿਰ ਕਿਸ ਦਫ਼ਤਰ ਦੀ ਸੀ ਉਹ ਵੀ ਇੱਕ ਆਪਣੇ ਅੱਜ ਸਵਾਲ ਉਹਦੀ ਵੀ ਜਾਂਚ ਹੋ ਰਹੀ ਹੈ ਪਰ ਹੁਣ ਸਰਕਾਰ ਨੂੰ ਲੱਗਾ ਕਿ ਇਹਦੇ ਚੋਂ ਨਿਕਲਣਾ ਕੱਢਣ ਪਾਉਣ ਨੂੰ ਕੁਝ ਨਹੀਂ ਆਏਗਾ ਬੈਟਰ ਇਹੀ ਆ ਇੱਜ਼ਤ ਰਹਿ ਜੂਗੀ ਠੀਕ ਹੈ ਜੀ ਇੱਜ਼ਤ ਇਸ ਕਰਕੇ ਰੱਖ ਲਈ ਕਿ ਆਪਾਂ ਕੇਸ ਨਹੀਂ ਭੇਜਣਾ ਹੈ ਹੁਣ ਕਤਮੀਆਂ ਦਿਨ ਬਹਾਲ ਹੋ ਜਾਣਗੇ ਜਦੋਂ ਕੋਈ ਆਈਐਸ ਅਫਸਰਾਂ ਦੀ ਟਰਾਂਸਫਰ ਹੋ ਜਾਈ ਗਈ ਗੁਰਪ੍ਰੀਤ ਸਿੰਘ ਖੈਰਾ ਨੂੰ ਕਿਤੇ ਹੋਰ ਲਾ ਦੇਣਗੇ ਕਈ ਇਦਾਂ ਦੇ ਦਫ਼ਤਰ ਵੀ ਆ ਗਏ ਨਾ ਜੀ ਮਕਸੀਪਾ ਵਗੈਰਾ ਜੇ ਖੁੱਡੇ ਲਾਈਨ ਲਾ ਦਿਓ ਉੱਤੇ ਲਾ ਦਿਓ ਸੈਕਟਰੀ ਨੂੰ ਵੀ ਇਦਾਂ ਹੀ ਕਰ ਦੇਣਗੇ ਹੌਲੀ ਹੌਲੀ ਫਿਰ ਦੁਬਾਰਾ ਉਹਨਾਂ ਨੂੰ ਮੇਨ ਪੋਜੀਸ਼ਨ ਚ ਲੈ ਆਉਣਗੇ ਪਰ ਇਹਦਾ ਮਤਲਬ ਹੈ ਕਿ ਸਰਕਾਰ ਨੇ ਮੰਨ ਲਿਆ ਜੇ ਸਰਕਾਰ ਨੇ ਕੇਸ ਨਹੀਂ ਭੇਜਿਆ 15 ਦਿਨ ਦੇ ਵਿੱਚ ਵਿੱਚ ਭੇਜਣਾ ਸੀ ਸਰਕਾਰ ਨੇ ਮੰਨ ਲਿਆ ਕਿ ਸਾਡੇ ਕੋਈ ਗਲਤੀ ਹੋਈ ਆ ਤੇ ਫਿਰ ਜੇ ਗਲਤੀ ਮੰਨੀ ਲਈ ਹੈਗੀ ਆ ਤੇ ਫਿਰ ਮਹਕਮੇ ਵੀ ਦੇ ਦੇਣੇ ਚਾਹੀਦੇ ਆਗੇ ਨੇ ਨਾ ਇਹਦੇ ਚ ਕੀ ਆ ਕਹਿੰਦੇ ਨੇ ਦੇਰ ਆਏ ਦਰੁਸਤ ਆਏ ਤੇ ਇਸ ਕਰਕੇ ਜੇ ਗਲਤੀ ਮੰਨ ਲੈਂਦਾ ਕੋਈ ਵੀ ਬੰਦਾ ਚਾਹੇ ਆਮ ਬੰਦਾ ਮੰਨੇ ਚਾਹੇ ਸਰਕਾਰ ਮੰਨੇ ਇਹਦੇ ਚ ਕੋਈ ਗੱਲ ਨਹੀਂ ਲੇਕਿਨ ਸਰਕਾਰ ਅਗਰ ਗਲਤੀ ਮੰਨਦੀ ਆ ਤੁਹਾਡੀ ਜਿਹੜੀ ਕਪੈਸਿਟੀ ਆ ਜਾਂ ਤੁਹਾਡੀ ਅਕਾਉਂਟੇਬਿਲਟੀ ਜਾਂ ਤੁਹਾਡੀ ਜਿਹੜੀ ਰਿਸਪੌਂਸਿਬਿਲਟੀ ਆ ਉਸ ਤੇ ਜ਼ਰੂਰ ਸਵਾਲ ਖੜੇ ਹੁੰਦੇ ਨੇ ਜੀ ਇੱਕ ਅਗਲਾ ਮੁੱਦਾ ਹੈ ਪੰਜਾਬ ਦੇ ਸਿਆਸਤਦਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਅੱਜਕੱਲ ਸਰਗਰਮੀ 'ਚ ਆ ਗਏ ਆ ਉਹ ਅੱਜ ਵੀ ਚੰਡੀਗੜ੍ਹ ਸਿਵਲ 에ਵੀਏਸ਼ਨ ਡਿਪਾਰਟਮੈਂਟ ਦੇ ਬਾਹਰ ਖੜ ਕੇ ਮੀਡੀਆ ਨਾਲ ਜਿਹੜੀਆਂ ਗੱਲਾਂ ਕੀਤੀਆਂ ਉਹ ਫਿਰ ਸਰਕਾਰ ਤੇ ਸਵਾਲ ਚੁੱਕਦੇ ਨਜ਼ਰ ਆਏ ਨਵਜੋਤ ਸਿੰਘ ਸਿੱਧੂ ਉਹ ਕਹਿੰਦੇ ਜਿਹੜੇ ਹਵਾਈ ਯਾਤਰਾ ਕਰਦੇ ਆ ਤੁਸੀਂ ਵੱਖ-ਵੱਖ ਅਮੂਲਕਾਂ ਸੂਬਿਆਂ ਦੀ ਉਹਦਾ ਹਿਸਾਬ ਕਿਤਾਬ ਨਹੀਂ ਦਿੰਦੇ 50000 ਕਰੋੜ ਦੇ ਕਰਜ਼ੇ ਦੀ ਗੱਲ ਉਹ ਫਿਰ ਸਾਰੇ ਮੁੱਦਿਆਂ ਦੇ ਉੱਤੇ ਉਹਨਾਂ ਨੇ ਸਵਾਲ ਖੜੇ ਕੀਤੇ ਆ ਜਿਹੜੇ 50000 ਕਰੋੜ ਕਰਜ਼ਿਆਂ ਦਾ ਮਸਲਾ ਹੈਗਾ ਉਹ ਬੜਾ ਵੱਡਾ ਇਸ਼ੂ ਬਣ ਗਿਆ ਲੇਕਿਨ ਉਹ ਮਸਲੇ ਦੇ ਵਿੱਚ ਹਰਪਾਲ ਸਿੰਘ ਚੀਮਾ ਉਹਨਾਂ ਨੇ ਆਪਣੇ ਪੱਕੇ ਦੱਸੇ ਨੇ ਕਿ 27 28000 ਕਰੋੜ ਤੇ ਅਸੀਂ ਪਿਛਲਿਆਂ ਵੱਲੋਂ ਲਿਆ ਹੋਇਆ ਕਰਜ਼ਾ ਹੀ ਉਤਾਰਿਆ ਪੰਜਾਬ ਤੇ ਕਰਜ਼ਾ ਵੀ ਬਹੁਤ ਜ਼ਿਆਦਾ ਨਾ ਪੌਣੇ 3 ਲੱਖ ਕਰੋੜ ਦਾ ਕਰਜ਼ਾ ਤੇ 50000 ਆ ਜੋੜ ਦੋ ਤੇ ਕਰਜ਼ਾ ਹੀ ਕਰਜ਼ਾ ਪੰਜਾਬ ਤੇ ਹੈ ਨਾ ਉਹਦੇ ਉਹਨਾਂ ਦਾ ਦੱਸਤਾ ਉਹਨਾਂ ਨੇ ਪੂਰੀ ਪੂਰੀ ਦੱਸਤੀ ਕਿ ਇਹ ਤੇ ਪਿਛਲੇ ਸਾਲਾਂ ਵੱਲੋਂ ਕਰਜ਼ਾ ਲਿਆ ਉਹ ਉਹ ਕਿਸ਼ਤਾਂ ਦਿੱਤੀਆਂ ਰਹੀ ਗੱਲ ਜਿਹੜੇ ਭਾਈ ਜਾਜ ਕੂਟਿਆਂ ਦਾ ਸਵਾਲ ਦੇਖੋ ਜਦੋਂ ਆਮ ਆਦੀ ਪਾਰਟੀ ਆਪੋਜੀਸ਼ਨ ਪਾਰਟੀ ਹੀ ਤੇ ਇਹ ਵੀ ਕਹਿੰਦੇ ਸੀ ਕਿ ਜੀ ਕੈਪਟਨ ਬੜੇ ਉਡਣ ਖਟੋਲੇ ਲਈ ਫਿਰਦਾ ਜੀ ਚੰਨੀ ਨੇ ਦੇ ਗੱਡਾ ਹੀ ਬਣਾ ਲਿਆ ਨਾ ਹੁਣ ਗੱਡਾ ਤੇ ਹੁਣ ਉਹ ਤੇ ਰੱਖਸ਼ਾ ਬਣਾ ਪਿਆਗਾ ਜੀ ਚੱਲ ਵੀ ਉਧਰ ਚੱਲ ਵੀ ਉਧਰ ਹੁਣ ਸਵਾਲ ਹੈ ਕਿ ਪਿੱਛੇ ਜੇ ਚੰਡੀਗੜ੍ਹ ਦੇ ਵਿੱਚ ਬਣੇ ਕਿੱਥੇ ਜਰਨਲਿਸਟਾਂ ਨੇ ਸਵਾਲ ਪੁੱਛ ਲਿਆ ਸੀਐਮ ਸਾਹਿਬ ਨੂੰ ਪੀਜੀਓ ਵਿਰੋਧੀ ਇਹ ਕਹਿ ਰਹੇ ਨੇ ਕਿ ਆਰਟੀਆਈ ਦੇ ਵਿੱਚ ਜਵਾਬ ਨਹੀਂ ਦੇ ਰਹੀ ਸਰਕਾਰ ਕਿ ਜਹਾਜ਼ ਦਾ ਖਰਚਾ ਕੀ ਹੈ ਤੇ ਸਰਕਾਰ ਉੱਥੇ ਕੀ ਕਹਿੰਦੀ ਕਹਿੰਦੀ ਇਹ ਲੋਕ ਮੁੱਦਾ ਨਹੀਂ ਆ ਪਈ ਇਹ ਲੋਕ ਮੁੱਦਾ ਹੀ ਆ ਲੋਕਾਂ ਦਾ ਟੈਕਸ ਆ ਜਿੱਥੇ ਲੋਕਾਂ ਦਾ ਟੈਕਸ ਆ ਦਿੱਤਾ ਹੋਇਆ ਜੇ ਤੇ ਸਰਕਾਰ ਨੰਦ ਮੰਡ ਦੀਆਂ ਨੇ ਉਡਣ ਖਟੋਲਿਆਂ 'ਚ ਅਢਾਈ ਕਰਦੇ ਨੇ ਤੁਹਾਡੀਆਂ ਗੱਡੀਆਂ ਨਹੀਂ ਸਾਡੀਆਂ ਗੱਡੀਆਂ ਨੇ ਤੁਹਾਡਾ ਤੇਲ ਨਹੀਂ ਸਾਡਾ ਤੇਲ ਆ ਤੁਹਾਡੀਆਂ ਤਨਖਾਹ ਨਹੀਂ ਸਾਡੇ ਦਿੱਤੇ ਟੈਕਸ ਦੇ ਰੂਪ ਵਿੱਚ ਆ ਲੋਕ ਮੁੱਦਾ ਆ ਹੁਣ ਸਰਕਾਰ ਆਰਟੀਆਈ ਤੇ ਜਾਣਕਾਰੀ ਨਹੀਂ ਦਿੰਦੀ ਕਿਉਂ ਨਹੀਂ ਦਿੰਦੀ ਮਤਲਬ ਪਰਦਾ ਫਾਸ਼ ਹੋ ਜਾਣਾਗਾ ਕਿੰਨੇ ਕ ਚੇਰ ਤੁਸੀਂ ਆਰਟੀਆਈ ਤੇ ਲਕਾ ਲੋਗੇ ਕੀ ਤੁਸੀਂ 50 ਸਾਲ ਰਾਜ ਕਰੋਗੇ 50 ਸਾਲ ਤੋਂ ਬਾਅਦ ਵੀ ਕੋਈ ਨਾ ਕੋਈ ਸਰਕਾਰ ਆਊਗੀ ਆਰਟੀਆਈ ਕਾਨੂੰਨ ਤੇ ਨਹੀਂ ਹਿੰਦੁਸਤਾਨ 'ਚ ਬੰਦ ਹੋ ਜਾਊਗਾ ਅਸੀਂ ਮੰਨ ਕੇ ਚੱਲ ਤੁਹਾਡੀ 27 'ਚ ਵੀ ਸਰਕਾਰ ਆਗੇ ਅਸੀਂ ਕਹਿੰਦੇ ਤੁਹਾਡੀ 32 'ਚ ਵੀ ਆਜੇ ਅਸੀਂ ਕਹਿੰਦੇ 37 'ਚ ਵੀ ਆਜੇ ਤੇ ਕਿਤੇ ਨਾ ਕਿਤੇ ਤੇ ਲੇਖਾ ਤੇ ਦੇਣਾ ਹੀ ਪਊਗਾ ਤੇ ਤੁਸੀਂ ਜਿਹੜਾ ਜਾਜ ਆ ਜਾਜ ਦੇ ਬਾਰੇ ਤੇ ਸਾਰੀ ਪਲੀਟੀਕਲ ਪਾਰਟੀਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਭਾਜਪੀ ਹੋਵੇ ਚਾਹੇ ਦੂਜੀਆਂ ਪਾਰਟੀਆਂ ਵੀ ਪਹਿਲਾਂ ਚੰਡੀਗੜ੍ਹੋਂ ਜਾਜ ਜਾਂਦਾ ਦਿੱਲੀ ਦਿੱਲੀੋਂ ਕਹਿੰਦੇ 4-5 ਸਵਾਰੀਆਂ ਬੈਠਦੀਆਂ ਨੇ ਉਹ ਕਿੱਥੇ ਜਾਂਦੀਆਂ ਨੇ ਮਹਾਰਾਸ਼ਟਰ ਤੇਲੰਗਾਨਾ ਬੰਗਾਲ, ਮੱਧਿਆ ਪ੍ਰਦੇਸ਼, ਗੁਜਰਾਤ, ਰਾਜਸਥਾਨ ਵੀ ਅਸੀਂ ਦਿੱਲੀ ਵਾਲੀਆਂ ਸਵਾਰੀਆਂ ਦਾ ਪੰਜਾਬ ਨੇ ਤਾਂ ਨਹੀਂ ਠੇਕਾ ਲਿਆ ਸਾਡਾ ਮੁੱਖ ਮੰਤਰੀ ਭਾਵੇਂ ਜਿੰਨੀ ਵਾਰ ਮਰਜ਼ੀ ਹੂਟੇ ਲਈ ਜਾਵੇ ਪਰ ਜਸਟੀਫਾਈ ਕਰੋ ਨਾ ਆਪਾਂ ਮੰਨ ਕੇ ਚੱਲੋ ਤੁਸੀਂ ਆਪਣੀ ਪੋਲੀਟੀਕਲ ਪਾਰਟੀ ਜਾਂ ਆਪਣੇ ਮਨਸੂਬੇ ਕੰਪਲੀਟ ਕਰ ਰਹੇ ਹੋ ਹਰ ਇੱਕ ਪੋਲੀਟੀਕਲ ਪਾਰਟੀ ਦੀ ਭੁੱਖ ਹੁੰਦੀ ਹੈ ਕਿ ਸਾਡੇ ਹਰ ਸਟੇਟ ਦੇ ਵਿੱਚ ਐਮ ਐਲ ਏ ਹੋਵੇ ਮੰਨਦੇ ਆ ਕਿ ਤੁਹਾਨੂੰ ਲੋਕਾਂ ਨੇ ਸੱਤਾ ਦਿੱਤੀ ਹੈ ਚਲੋ ਜੋ ਮਰਜ਼ੀ ਕਰੋ ਪਰ ਨਾਲ ਤੇ ਲੋਕਾਂ ਦੀ 3 ਕਰੋੜ ਪੰਜਾਬੀਆਂ ਦੀ ਤੇ ਵੀ ਜ਼ਿੰਮੇਵਾਰੀ ਨੇ ਵੀ ਤੁਸੀਂ ਉਹਨਾਂ ਨੂੰ ਜਵਾਬ ਦੇ ਦਿਓ ਆਪਾਂ ਮੰਨਦੇ ਕਿ ਚਲੋ ਤੁਸੀਂ ਗਵਰਨਰ ਸਾਹਿਬ ਨੂੰ ਨਹੀਂ ਜਵਾਬ ਦੇਣੇ ਨਾ ਦਿਓ ਤੁਸੀਂ ਕਹਿੰਦੇ ਅਸੀਂ 3 ਕਰੋੜ ਪੰਜਾਬੀਆਂ ਦੇ ਵਫਾਦਾਰ ਆ ਅਸੀਂ 3 ਕਰੋੜ ਪੰਜਾਬੀਆਂ ਦੇ ਜਵਾਬਦੇ ਹਾਂ ਤੇ ਫਿਰ ਆਰਟੀਆਈ ਲੋਕੀ ਮੰਗਦੇ ਨੇ ਉੱਥੇ ਤੁਸੀਂ ਬੈਨ ਲਾਇਆ ਹੋਇਆ ਪਿੱਛੇ ਜੇ ਆਪਣੇ ਜਿਹੜੇ ਆਰਟੀਆਈ ਆਰਟੀਆਈ ਐਕਟੀਵਿਸਟ ਨੇ ਉਹਨਾਂ ਦਾ ਗੋਇਲ ਮਾਨਿਕ ਮਾਨਿਕ ਗੋਇਲ ਉਹਨਾਂ ਨੇ ਜਾਣਕਾਰੀ ਮੰਗੀ ਉਹ ਦਿੰਦੇ ਨਹੀਂ ਆਗੇ ਕਿ ਲੋਕ ਮੁੱਦਾ ਨਹੀਂ ਆ ਪਰ ਦੱਸਣਾ ਤੇ ਪਾਉਗਾ ਨਾ ਵੀ ਜਿਹੜਾ ਪੰਜਾਬ ਤੋਂ ਜਹਾਜ਼ ਉਡਦਾ ਵਾਇਆ ਦਿੱਲੀ ਉਹਦਾ ਹੁਣ ਤੱਕ ਖਰਚਾ ਕਿੰਨਾ ਇਹਦੇ ਚ ਦਸਨ ਚ ਗੁਨਾਹ ਕੀਆ ਸ਼ਰਮ ਕਾਦੀ ਆ ਗਿਆ ਸਿਆਣੇ ਕਹਿੰਦੇ ਜੇ ਕੁੰਡ ਕਾਢ ਹੀ ਲਿਆ ਚੱਕ ਹੀ ਲਿਆ ਤੇ ਸ਼ਰਮ ਕਾਦੀ ਤੇ ਜੇ ਤੁਸੀਂ ਜਹਾਜ਼ ਨੂੰ ਗੱਡਾ ਬਣਾ ਹੀ ਦਿੱਤਾ ਜਾਂ ਟਾਂਗਾ ਬਣਾ ਹੀ ਦਿੱਤਾ ਤੇ ਸ਼ਰਮ ਕਾਦੀ ਆ ਦੱਸ ਦੋ ਭਈ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਆ ਵੀ ਜਿਹੜਾ ਜਹਾਜ਼ ਹੁਣ ਤੱਕ 18 ਮਹੀਨਿਆਂ ਦੇ ਵਿੱਚ ਹਵਾਈ ਹੂਟੇ ਲਏ ਗਏ ਨੇ ਤੁਸੀਂ ਜ਼ਿੰਮੇਵਾਰ ਸਰਕਾਰ ਕੀ ਹੁੰਦੀ ਆ ਤਾਨੂੰ ਚਾਹੀਦਾ ਕਿ ਪਿਛਲੇ 10 ਸਾਲ ਕਾਲੀਆਂ ਦੇ 10 ਵਾਲੀ ਕਾਂਗਰਸ ਦੇ 15 ਸਾਲ ਦੇ ਹੀ ਦੱਸ ਦੋ ਪੰਜਾਬ ਦੀ ਜਨਤਾ ਨੂੰ ਕਿ 10 ਸਾਲਾਂ ਦੇ ਵਿੱਚ ਮੁੱਖ ਮੰਤਰੀ ਜਾਂ ਡਪੀਸੀਐਮ ਜਾਂ ਉਹਨਾਂ ਦੇ ਪਰਿਵਾਰ ਨੇ ਜਾਂ ਬਤੌਰ ਮੁੱਖ ਮੰਤਰੀ ਜਿੰਨੀਆਂ ਮੀਟਿੰਗਾਂ ਜਹਾਜ਼ ਕਿੰਨਾ ਗਿਆ ਫਿਰ ਇਹ ਕਾਂਗਰਸ ਦਾ ਦੱਸ ਦੋ ਫਿਰ ਆਪਣਾ ਵੀ ਦੱਸ ਦੋ ਤੇ ਪੰਜਾਬ ਦੀ ਜਨਤਾ ਨੂੰ ਪਤਾ ਲੱਗ ਜੂਗਾ ਕਿ ਜਿਹੜਾ ਉਡਣਖਟੋਲਾ ਸਰਕਾਰੀ ਉਹਦੇ ਚ ਜਿਆਦਾ ਸਰਕਾਰੀ ਹੂਟੇ ਕਿੰਨੇ ਲੈਨੇ ਗੱਲ ਫੱਬਦੀ ਵੀ ਆ ਜੱਜਦੀ ਵੀ ਆ ਤੇ ਲੋਕੀ ਕਹਿਣਗੇ ਹਾਂ ਯਾਰ ਭਗਵੰਤ ਮਾਨ ਸਾਹਿਬ ਚੰਗਾ ਬਾਕੀਆਂ ਨੇ ਤੇ ਬਹੁਤ ਹੂਟੇਲੇ ਭਗਵੰਤ ਮਾਨ ਨੇ ਘੱਟ ਲਏ ਪਰ ਘੱਟ ਤਾਂ ਲੈ ਹੋਣਗੇ ਪਹਿਲਾਂ ਦੱਸਣ ਹੂੰ ਹੁਣ ਸਵਾਲ ਹੈ ਕਿ ਪਹਿਲਾਂ ਤੇ ਆਪਣੇ ਕੋਈ ਜਹਾਜ਼ ਇੱਕ ਚੌਪਰ ਸਾਰੀ ਸਟੇਟਾਂ ਨੇ ਰੱਖਿਆ ਗਏ ਨੇ ਹੁਣ ਜਿਹੜੇ ਚ 8 ਸਵਾਰੀਆਂ ਬੈਠਦੇ ਉਹ ਸਾਡਾ ਜਹਾਜ਼ 8 ਸਵਾਰੀਆਂ ਬੈਠ ਨਹੀਂ ਸਕਦੇ ਉਹ ਕਹਿੰਦੇ ਪ੍ਰਾਈਵੇਟ ਚਰਚਾ ਹੈ ਖਬਰਾਂ ਹੈ ਨੇ ਛਾਪਦੀਆਂ ਵੀ ਰੌਲਾ ਵੀ ਵਿਰੋਧੀ ਪਾਉਂਦੇ ਨੇ ਕਿ 40 ਲੱਖ ਦੀ ਫੇਰੀ ਪੈਂਦੀ ਹੈ ਜਦੋਂ ਆਪਣੇ ਸੀਐਮ ਸਾਹਿਬ ਬਾਹਰ ਜਾਂਦੇ ਨੇ ਉਹ ਦੱਸਣ ਤੇ ਸਹੀ ਵੀ ਵਿਰੋਧੀ ਝੂਠ ਬੋਲਦੇ ਨੇ 40 ਲੱਖ ਨਹੀਂ ਪੈਂਦੀ ਜੀ 4 ਲੱਖ ਪੈਂਦੀ ਪਰ ਜਾਣਾ ਪੈਂਦਾ ਸਾਨੂੰ ਬਲੋ ਜੇ ਮੁੱਖ ਮੰਤਰੀ ਸਾਹਿਬ ਕੇ ਬੰਬੇ ਮੀਟਿੰਗ ਕਰਨ ਜਾਂਦੇ ਨੇ ਉਦਯੋਗਪਤੀਆਂ ਦੇ ਨਾਲ ਜਹਾਜ਼ ਤੇ ਜਾਣਗੇ ਰੋਡ ਵੇਜ ਦੀ ਬਸ ਤੇ ਜਾਣਗੇ ਨਹੀਂ ਪਰ ਦੱਸ ਦੇਣਾ ਚਾਹੀਦਾ ਜੇ ਵੈਸਟ ਬੰਗਾਲ ਦੇ ਮੁੱਖ ਮੰਤਰੀ ਦੇ ਨਾਲ ਕੋਈ ਮੀਟਿੰਗ ਹੈ ਜਹਾਜ਼ ਤੇ ਜਾ ਰਹੇ ਨੇ ਦੱਸ ਦੇਣ ਲਕਾਇਆ ਕਿਉਂ ਜਾ ਰਿਹਾ ਸ਼ਿਪਾਇਆ ਕਿਉਂ ਜਾ ਰਿਹਾ ਕਿਉਂਕਿ ਤੁਸੀਂ ਤੇ ਆਪ ਇੱਕ ਸੋਸ਼ਲ ਮੀਡੀਆ ਚੋਂ ਨਿਕਲੀ ਹੋਈ ਪਾਰਟੀ ਹੋ ਜਾਣਕਾਰੀਆ ਮੰਗ ਮੰਗ ਕੇ ਆਰਟੀਆਈ ਐਕਟਿਵਿਸਟ ਦੇ ذریعے ਤੁਸੀਂ ਪਹਿਲਾਂ ਸਾਰੇ ਆਰਟੀਆਈ ਐਕਟਿਵਿਸਟ ਸੀ ਜਿਵੇਂ ਰੋਪੜ ਵਾਲੇ ਐਮਐਲਏ ਨੇ ਦਿਨੇਸ਼ ਚੱਡਾ ਇਹਨੇ ਦੁਨੀਆ ਭਰ ਦੀ ਆਰਟੀਆਈ ਜਰੀਏ ਆਪਣੀ ਸਪੇਸ ਬਣਾਈ ਦਾ ਜ ਐਮਐਲਏ ਨੇ ਅੱਜ ਜੇ ਕਿਸੇ ਐਮਐਲਏ ਦੇ ਖਿਲਾਫ ਪੁੱਛ ਨਹੀਂ ਹੋਵੇ ਆਪਾਂ ਤੇ ਨਹੀਂ ਦੱਸਣਗੇ ਕਹਿਣਗੇ ਲੋਕ ਮੁੱਦਾ ਨਹੀਂ ਆ ਇਟ ਮੀਨ ਜੇ ਲੋਕ ਮੁੱਦਾ ਨਹੀਂ ਆ ਉਹਨਾਂ ਵੇਰੇ ਤੇ ਤੁਸੀਂ ਆਰਟੀਆਈ ਮੰਗਦੇ ਸੀ ਮੀਡੀਆ ਨੂੰ ਦਿੰਦੇ ਸੀ ਤੇ ਅੱਜ ਕੱਲ ਕਹਿ ਰਹੇ ਕਿ ਨਹੀਂ ਲੋਕਮੰਦ ਇਹ ਇਸ ਕਰਕੇ ਭਗਵੰਤ ਜਿਹੜਾ ਭਗਵੰਤ ਮਾਨ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਸਾਹਿਬ ਹੋਣਾ ਨੇ ਅਜ ਉਹਨਾਂ ਦਫਤਰ ਦੇ ਸਾਹਮਣੇ ਗਏ ਨੇ ਮੰਗਾ ਰੱਖੀਆਂ ਨੇ ਇਹਦਾ ਮਤਲਬ ਹੈ ਕਿ ਕਾਨੂੰਨ ਕਿਉਂ ਬਣਿਆ ਹਿੰਦੁਸਤਾਨ ਦੇ ਵਿੱਚ ਇਹ ਹੀ ਹੈ ਕਿ ਤੁਹਾਡੀ ਜਾਣਕਾਰੀ ਦਿਓ ਤੇ ਜੇ ਨਹੀਂ ਤੁਸੀਂ ਜਾਣਕਾਰੀ ਦੇਣੀ ਤਾਂ ਫਿਰ ਕੀ ਅਸੀਂ ਮੰਨ ਲਈਏ ਕਿ ਆਰਟੀਆਈ ਜਿਹੜਾ ਕਾਨੂੰਨ ਬਣਿਆ ਰਾਈਟ ਟੂ ਜਿਹੜਾ ਇਨਫੋਰਮੇਸ਼ਨ ਆ ਜਿਹੜਾ ਡਾਕਟਰ ਮਨਮੋਹਨ ਸਿੰਘ ਦੀ ਦੇਣ ਆ ਉਹਨੂੰ ਬੰਦ ਕਰ ਦਈਏ ਨਹੀਂ ਤਾਨੂੰ ਜਵਾਬ ਦੇ ਵੀ ਦੇਣੀ ਪੈਣੀ ਆ ਚਾਹੇ ਅੱਜ ਨਾ ਦੋ ਚਾਹੇ ਕੱਲ ਨਾ ਦੋ ਜਾਂ ਪਰਸੋਂ ਨਾ ਦੋ ਪਰ ਇੱਕ ਰੋਜ਼ ਨੂੰ ਦੇਣੀ ਪੈਣੀ ਆ ਤੇ ਉਸ ਦਿਨ ਪੰਜਾਬ ਦੀ ਜਨਤਾ ਕਹੂਗੀ ਕਿ ਨਹੀਂ ਜਿਹੜੀ 2017 ਤੋਂ 22 ਤੋਂ ਲੈ ਕੇ 27 ਤੱਕ ਸਰਕਾਰ ਬਣੀ ਸੀ ਉਹ ਕਿਵੇਂ ਆਪਣੇ ਚਾਹੇ ਚੰਗੇ ਕੰਮ ਸੀ ਚਾਹੇ ਮਾੜੇ ਕੰਮ ਸੀ ਉਹ ਪਰਦਾ ਪਾਉਂਦੀ ਚੰਗੇ ਕੰਮ ਤੇ ਤੁਸੀਂ ਭਾਵੇਂ ਘੱਟ ਕਰ ਦਿਓ ਉਸ ਤੇ ਕਿੰਨੇ ਪੈਸੇ ਖਰਚ ਕਰ ਦਿੰਦੇ ਹੋ ਤੇ ਜੇ ਜਹਾਜ਼ ਤੇ ਵਾਕਈ ਪੰਜਾਬ ਦੇ ਲੋਕਾਂ ਦਾ ਪੈਸਾ ਖਰਚ ਕੀਤਾ ਜਾ ਰਿਹਾ ਹੈਗਾ ਤੇ ਜਾਣਕਾਰੀ ਦੇਣ ਚ ਕੀ ਹਰਜਾ ਇਹ ਤਾਂ ਨਹੀਂ ਆ ਕਿ ਜੇ ਜਾਣਕਾਰੀ ਤੁਸੀਂ ਦੱਸ ਦੀ ਕਿ ਇੰਨੇ ਕਰੋੜ ਰੁਪਏ ਖਰਚ ਹੋ ਗਏ ਤੇ ਲੋਕੀ ਤੁਹਾਨੂੰ ਮੁੱਖ ਮੰਤਰੀ ਦੇ ਦਫਤਰ ਜਾ ਕੇ ਤੁਹਾਨੂੰ ਕੁਰਸੀ ਤੋਂ ਹਟਾ ਦੇਣਗੇ ਜਾਂ ਜਿਹੜੇ ਡਾਇਰੈਕਟਰ ਨੇ ਜਾਣਕਾਰੀ ਦੇਣੀ ਉਹਨੂੰ ਚੱਕ ਕੇ ਕਹਿੰਦੇ ਚੱਲ ਬਾਹਰ ਵੀ ਤੂੰ ਤੇ ਨਹੀਂ ਤੁਹਾਡੀ ਜ਼ਿੰਮੇਵਾਰੀ ਸਹੀ ਨਹੀਂ ਹੈ ਦੱਸ ਦੇਣਾ ਚਾਹੀਦਾ ਹੈ ਇਹਦੇ ਨਾਲ ਸਰਕਾਰ ਦਾ ਹੀ ਭਲਾ ਹੋਊਗਾ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਕਿਹਦੀ ਸਰਕਾਰ ਦੇ ਵਿੱਚ ਸਰਕਾਰੀ ਜਿਹੜਾ ਜਹਾਜ਼ ਸੀ ਉਹਨੂੰ ਟਾਂਗਾ ਬਣਾਇਆ ਗਿਆ ਸੀ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਵਿੱਚ ਦੋ ਤਿੰਨ ਮੁੱਦਿਆਂ ਤੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ